ਥੋੜੇ ਚੜਦੇ ਦੋਸਤੋ, ਲੋਕ ਇਸ ਦਵਾਈ ਨੂੰ ਖੰਘ ਵਾਸਤੇ ਪੀਂਦੇ ਨੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਨੂੰ ਪੀ ਕੇ ਸਵਰਗ ਦੇ ਝੂਟੇ ਵੀ ਆਉਂਦੇ ਨੇ। ਥਾਣੇਦਾਰਾ, ਹੱਥ ਪਾਉਣ ਤੋਂ ਪਹਿਲਾਂ ਤਾਂ ਸੋਚ ਲੈਂਦਾ ਕਿ ਤੂੰ ਕਿਹਨੂੰ ਹੱਥ ਪਾ ਰਿਹਾ। ਤੇਰੇ ਵਰਗੇ ਦੋ ਦੋ ਕੌਡੀ ਦੇ ਥਾਣੇਦਾਰ ਸਾਡੇ ਦਰਵਾਜ਼ੇ ਤੇ ਕੁੱਤਿਆਂ ਵਾਂਗ ਖੜੇ ਰਹਿੰਦੇ ਨੇ। ਹੀਰਾ ਲਾਲ ਜੀ, ਤੁਸੀਂ ਚਲੋ ਸਾਰੇ ਥਾਣੇ, ਮੈਂ ਜ਼ਰਾ ਇਸ ਮੰਤਰੀ ਦੇ ਪੁੱਤਰ ਨੂੰ ਸਵਰਗਾਂ ਦੇ ਝੂਟੇ ਦਿਵਾ ਲਵਾਂ। ਠੀਕ ਹੈ ਜਨਾਬ। ਹਾਂ ਮੈਨੂੰ ਪਤਾ ਹੈ ਤੇਰੇ ਪਿਓ ਮੰਤਰੀ ਨੇ ਤਾਂ ਤੈਨੂੰ ਛੁਡਾ ਹੀ ਲੈਣਾ, ਪਰ ਇੱਕ ਗੱਲ ਯਾਦ ਰੱਖੀ, ਥਾਣੇਦਾਰ ਹਰਨੇਕ ਸਿੰਘ ਦੇ ਪਾਏ ਹੋਏ ਨਿਸ਼ਾਨ ਤੈਨੂੰ ਹਮੇਸ਼ਾ ਯਾਦ ਰਹਿਣਗੇ। ਤੂੰ ਅਜੇ ਪੁਲਸੀਆਂ ਦੇ ਹੱਥ ਨਹੀਂ ਵੇਖਿਆ। ਮੈਂ ਥਾਣੇਦਾਰ ਸੇਵਾ ਸਿੰਘ ਬੇਸ਼ੱਕ ਛੋਟਾ ਥਾਣੇਦਾਰ ਹਾਂ, ਪਰ ਰੱਬ ਨੇ ਮੈਨੂੰ ਅਕਲ ਬਹੁਤ ਬੜੀ ਬਖਸ਼ੀ ਹੈ ਤੇ ਮੇਰੀ ਇਹ ਅਕਲ ਕਹਿੰਦੀ ਹੈ ਪੂਰਾ ਨਾਥ ਜੀ, ਤੁਹਾਡੇ ਕਾਕਾ ਜੀ ਹੁਣ ਤੁਹਾਨੂੰ ਸਬੂਤੇ ਨਹੀਂ ਮਿਲਣੇ। ਲੱਗਦਾ ਆਪਣੇ ਪਿਓ ਦੀ ਤਾਕਤ ਦੀ ਗਰਮੀ ਤਾਂ ਤੇਰੇ ਦਿਮਾਗ ਤੋਂ ਲੈ ਗਈ ਹੋਣੀ ਹੈ। ਹੁਣ ਤੈਨੂੰ ਉਹੀਓ ਬੋਲਣਾ ਪਊ ਜੋ ਤੈਨੂੰ ਮੈਂ ਦੱਸਿਆ ਸੀ। ਕਾਕਾ ਜੀ, ਇਹ ਕੀ ਹੋਇਆ ਤੁਹਾਨੂੰ? ਲੱਗਦਾ ਜਾਂ ਤਾਂ ਕਿਸੇ ਬਹੁਤ ਵੱਡੇ ਸਾਨ ਨੇ ਢਾ ਲਿਆ ਜਾਂ ਫਿਰ ਕਿਸੇ ਜੱਟ ਦੇ ਧੱਕੇ ਚੜ ਗਏ। ਬੋਲੇ ਨਾ ਜੀ, ਇਹ ਕਿਸੇ ਦੇ ਧੱਕੇ ਨਹੀਂ ਚੜਿਆ, ਇਹਨੇ ਪੁਲਿਸ ਦੀ ਹਿਰਾਸਤ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਹੈ ਤੇ ਗੱਡੀ ਚੋਂ ਛਾਲ ਮਾਰ ਕੇ ਸੱਟਾ ਖਾਧੀਆਂ। ਪੁੱਛ ਲਓ ਇਹਨੂੰ ਕਿਉਂ ਹੋਏ। ਭੋਲੇ ਨਾਥ ਨੂੰ ਇੰਨਾ ਭੋਲਾ ਨਾ ਸਮਝ ਥਾਣੇਦਾਰਾ, ਇਹਦੀ ਇਹ ਹਾਲਤ ਕਿੰਨੇ ਕੀਤੀ ਆ ਮੈਂ ਚੰਗੀ ਤਰ੍ਹਾਂ ਸਮਝਦਾ। ਤੂੰ ਚੰਗਾ ਨਹੀਂ ਕੀਤਾ ਥਾਣੇਦਾਰਾ, ਸੱਪ ਦੀ ਪੂਛ ਤੇ ਪੈਰ ਰੱਖਿਆ ਈ। ਕਾਕਾ ਜੀ ਦੀ ਜ਼ਮਾਨਤ ਦੇ ਕਾਗਜ਼ ਦਿਓ ਇਹਨੂੰ। ਇਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਵਕੀਲ ਸਾਹਿਬ, ਮੇਰੇ ਰਾਹ ਦਾ ਰੋੜਾ ਬਣ ਕੇ ਤੁਸੀਂ ਥਾਣੇ 'ਚ ਹੋਵੋਗੇ, ਨਾਲੇ ਆਪਣੀ 50 ਸਾਲਾਂ ਦੀ ਪੜ੍ਹਾਈ 'ਚ ਤੁਸੀਂ ਮੁਜਰਮਾਂ ਨੂੰ ਛੁਡਾਉਣਾ ਹੀ ਸਿੱਖਿਆ। ਲੈ ਜਾਓ ਇਹਨੂੰ। ਲਓ ਜੀ, ਲੱਗਦਾ ਬੜੇ ਸਾਹਿਬ ਦੇ ਵੀ ਕਿਰਲੀ ਵਾਂਗ ਦਿਨ ਪੂਰੇ ਹੋ ਗਏ ਨੇ, ਇਸੇ ਲਈ ਸ਼ਤੀਰਾਂ ਨੂੰ ਜੱਫੇ ਮਾਰਦਾ ਫਿਰਦਾ। ਲੱਗਦਾ ਇਹਨੂੰ ਆਪਣੀ ਜਨਾਨੀ ਢੋਲੇ ਤੇ ਮਾਈਏ ਗਾਉਂਦੀ ਚੰਗੀ ਨਹੀਂ ਲੱਗਦੀ। ਚੰਨ ਪਾਵੇ ਚੜੇ ਨਾ ਚੜੇ, ਚੰਨ ਪਾਵੇ। ਹਾਂ ਕੀ ਗੱਲ ਹੈ, ਅੱਜ ਸਾਡੀ ਥਾਣੇਦਾਰਨੀ ਦਾ ਥਾਣਾ ਸੁਣਾ ਸੁਣਾ ਪਿਆ।
ਤੇ ਗੁੱਡੀ ਤੇ ਬਾਪੂ ਵੀ ਨਜ਼ਰ ਨਹੀਂ ਆਉਂਦੇ। ਉਹ ਦੋਵੇਂ ਦਾਦਾ ਪੋਤੀ ਗਏ ਨੇ ਬਾਹਰ ਤੇ ਤੁਸੀਂ ਬੈਠੋ, ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਉਂਦੀ। ਪਾਣੀ ਦੀ ਕੀ ਲੋੜ ਹੈ, ਅੱਜ ਇੱਥੇ ਸਾਰ ਲੈਣੇ ਆ। ਚੰਨੀਆਂ ਦੇ ਕੋਲ ਤੁਹਾਡਾ ਪੁੱਤ ਪਿਆ, ਉਹ ਤਾਂ ਸੁੱਤਾ ਪਿਆ ਹੈ। ਪਾਪਾ ਆ ਗਏ, ਪਾਪਾ ਆ ਗਏ। ਮੇਰੀ ਗੁੱਡੀ ਨੇਕ ਪੁੱਤਰ, ਅੱਜ ਮੈਂ ਸੱਤ ਵਿੱਚੋਂ ਸੁਣ ਕੇ ਆਇਆ ਕਿ ਤੂੰ ਮੰਤਰੀ ਦੇ ਮੁੰਡੇ ਨੂੰ ਬਹੁਤ ਕੁੱਟਿਆ। ਬਾਪੂ, ਜੇ ਮੈਂ ਕਾਨੂੰਨ ਦੇ ਦਾਇਰੇ 'ਚ ਭੱਜਿਆ ਨਾ ਹੁੰਦਾ ਤੇ ਅੱਜ ਮੈਂ ਉਸ ਨੂੰ ਮਾਰ ਹੀ ਦੇਣਾ ਸੀ। ਉਹ ਸਾਡੇ ਨੌਜਵਾਨਾਂ 'ਚ ਜਿਹੜਾ ਜ਼ਹਿਰ ਬਣ ਰਿਹਾ ਹੈ, ਉਹਦੀ ਸਜ਼ਾ ਸਿਰਫ ਮੌਤ ਹੀ ਹੋਣੀ ਚਾਹੀਦੀ ਹੈ। ਪਰ ਪੁੱਤਰਾ, ਇਹਨਾਂ ਵੱਡਿਆਂ ਲੋਕਾਂ ਤੋਂ ਬਚ ਕੇ ਰਹਿਣਾ ਹੀ ਚੰਗਾ। ਮੰਤਰੀ ਦੀ ਤਾਕਤ ਤਾਂ ਤੂੰ ਜਾਣਦਾ ਹੀ ਹੈ, ਦੇਖੀ ਕਿਤੇ ਤੇਰਾ ਕੋਈ ਨੁਕਸਾਨ ਨਾ ਕਰਦਾ ਹੈ। ਨੁਕਸਾਨ ਤਾਂ ਉਹਨਾਂ ਦਾ ਹੁਣ ਮੈਂ ਕਰਨਾ ਹੈ ਬਾਪੂ। ਮੈਨੂੰ ਇਹ ਵਰਦੀ ਸਰਕਾਰ ਨੇ ਸਿਰਫ ਇਸ ਕਰਕੇ ਦਿੱਤੀ ਹੈ ਕਿ ਸ਼ਰਾਫਤ ਦਾ ਨਕਾਬ ਪਾਈ ਬੈਠੇ ਉਹਨਾਂ ਦੁਸ਼ਮਣਾਂ ਦਾ ਖਾਤਮਾ ਕਰ ਸਕਾਂ। ਸਾਡਾ ਪਿੰਡ ਚਾਹੇ ਇਸ ਥਾਣੇ ਵਿੱਚ ਹੀ ਪੈਂਦਾ ਹੈ, ਪਰ ਮੈਨੂੰ ਮੇਰੇ ਮਹਿਕਮੇ ਨੇ ਇੱਥੇ ਸਿਰਫ ਇਸ ਲਈ ਕੱਲਿਆ ਹੈ ਕਿ ਮੰਤਰੀ ਦੇ ਕਾਲੇ ਧੰਦਿਆਂ ਨੂੰ ਨੰਗਾ ਕਰ ਸਕਾਂ ਤੇ ਉਹਦੇ ਹੱਥਾਂ 'ਚ ਕਾਨੂੰਨ ਦੀ ਹੱਥਕੜੀ ਪਾਵਾਂ। ਬਸ ਬਸ, ਕਾਰ ਆਉਣ ਲੱਗੇ ਥਾਣਾ ਤਾਂ ਉੱਥੇ ਛੱਡ ਆਇਆ ਕਰੋ। 24 ਘੰਟੇ ਮੁਜਰਮਾਂ ਤੇ ਹੱਥਕੜੀਆਂ ਦੀਆਂ ਗੱਲਾਂ, ਕਦੀ ਕੋਈ ਹੋਰ ਗੱਲ ਵੀ ਕਰ ਲਿਆ ਕਰੋ। ਲਓ ਦੁੱਧ ਪੀ। ਕੀ ਗੱਲ ਹੈ ਸੁੱਖਾ, ਜੇ ਕਾਲ ਜੁਣਿਆ? ਉਹਨੇ ਨਹੀਂ ਅੱਜ ਆਉਣਾ, ਉਹਨਾਂ ਨੇ ਅੱਜ ਘੁੰਮਣ ਫਿਰਨ ਜਾਣਾ ਕਾਲਜ ਦੀ ਤਰਫੋਂ। ਲੱਗਾ ਹੋਣਾ ਮੁੰਡੇ ਕੁੜੀਆਂ 'ਚ ਬੈਠ ਕੇ ਢੋਲੇ ਦੀਆਂ ਲਾਉਣ।
ਕੁਲਫੀ ਗਰਮਾ ਗਰਮ, ਆਈਸਕ੍ਰੀਮ ਗਰਮਾ ਗਰਮ, ਆ ਕੁਲਫੀ ਗਰਮਾ ਗਰਮ। ਉਹ ਭਾਈ ਸਾਹਿਬ ਸ਼ਰਮ ਕਰੋ, ਸ਼ਰਮ ਕਦੇ ਕੁਲਫੀ ਹੋਈ ਆ ਗਰਮ? ਉਹ ਨਹੀਂ ਭਾਈ ਸਾਹਿਬ, ਇਹ ਤਾਂ ਤੁਹਾਡਾ ਭਰਮ। ਜਿੱਥੇ ਡੀਪੂ ਵਾਲੇ ਤੇਲ ਦੇ ਢੋਲ ਖਾ ਸਕਦੇ ਨੇ, ਜਿੱਥੇ ਲੱਕੜ ਦੇ ਮਿਸਤਰੀ 5-5 ਕਿਲੋ ਫੈਵੀਕੋਲ ਖਾ ਸਕਦੇ ਨੇ, ਜਿੱਥੇ ਬਿਜਲੀ ਦੇ ਅਫਸਰ ਵੱਡੇ ਵੱਡੇ ਪੋਲ ਖਾ ਸਕਦੇ ਨੇ, ਜਿਹੜੇ ਦੇਸ਼ ਦੀ ਬਿਜਲੀ ਵੀ ਬੜੀ ਬਸ਼ਰਮ, ਉੱਥੇ ਕੁਲਫੀ ਵੀ ਹੋ ਸਕਦੀ ਆ ਗਰਮ। ਆ ਕੁਲਫੀ ਗਰਮਾ ਗਰਮ। ਇਹ ਤੁਹਾਡੀ ਸਾਰੀ ਗੱਲ ਠੀਕ ਹੈ, ਪਰ ਕੁਲਫੀ ਗਰਮ ਨਹੀਂ ਹੋ ਸਕਦੀ। ਨਹੀਂ ਹੋ ਸਕਦੀ, ਨਹੀਂ ਹੋ ਸਕਦੀ। ਉਹ ਜਿੱਥੇ ਬੱਸਾਂ ਘਰ ਭਰਦੀਆਂ ਨੇ ਕੰਡਕਟਰਾਂ ਦੇ, ਜਿੱਥੇ ਹਸਪਤਾਲ ਚੱਲਦੇ ਨੇ ਬਿਨਾਂ ਡਾਕਟਰਾਂ ਦੇ, ਜਿੱਥੇ ਸਕੂਲ ਚੱਲ ਸਕਦੇ ਨੇ ਬਿਨਾਂ ਮਾਸਟਰਾਂ ਦੇ, ਫਿਰ ਉੱਥੇ ਕਾਹਦੀ ਸ਼ਰਮ? ਆ ਕੁਲਫੀ ਗਰਮਾ ਗਰਮ। ਪਰ ਕੁਲਫੀ ਗਰਮ ਕਿਵੇਂ ਹੋ ਸਕਦੀ ਹੈ? ਉਹ ਜਿੱਥੇ ਬੇਸੁਰੇ ਟੈਲੀਵਿਜ਼ਨ ਤੇ ਗਾ ਸਕਦੇ ਨੇ, ਜਿੱਥੇ ਬੀਏ ਪੜ੍ਹੇ ਕੁਲਫੀਆਂ ਦੀ ਰੇੜੀ ਲਾ ਸਕਦੇ ਨੇ, ਜਿੱਥੇ ਛੋਟੇ ਛੋਟੇ ਬੱਚੇ ਕੈਸਟਾਂ ਕਢਾ ਸਕਦੇ ਨੇ ਜਿਨ੍ਹਾਂ 93 ਚ ਹੋਇਆ ਜਨਮ, ਫਿਰ ਉੱਥੇ ਕਾਹਦੀ ਸ਼ਰਮ? ਆ ਕੁਲਫੀ ਗਰਮਾ ਗਰਮ। ਪਰ ਤੇਰੀ ਸਾਰੀ ਗੱਲ ਮੈਂ ਮੰਨਦਾ ਪਿਓ ਮੇਰੇ, ਕੁਲਫੀ ਗਰਮ ਕਿਵੇਂ ਹੋਊ? ਉਹ ਜਿੱਥੇ ਫੂਡ ਸਪਲਾਈ ਵਾਲੇ ਕਣਕ ਦੀਆਂ ਬੋਰੀਆਂ ਝੰਮ ਜਾਂਦੇ ਨੇ, ਜਿੱਥੇ ਠੇਕੇਦਾਰਾਂ ਦੇ ਢਿੱਡ 'ਚ ਲੁੱਕਦੇ ਡਰਮ ਜਾਂਦੇ ਨੇ, ਜਿੱਥੇ 1 ਮਿੰਟ 54 ਬੱਚੇ ਜੰਮ ਜਾਂਦੇ ਨੇ, ਫਿਰ ਉੱਥੇ ਕਾਹਦੀ ਸ਼ਰਮ? ਆ ਕੁਲਫੀ ਗਰਮ। ਉਹ ਠੀਕ ਹੈ ਭਾਈ, ਹੋਏਗੀ, ਆਪਾਂ ਕੀ ਲੈਣਾ ਹੈ? ਪਤਾ ਨਹੀਂ ਕਿੱਥੋਂ ਪਾਗਲ ਇਕੱਠੇ ਹੋ ਕੇ ਆ ਜਾਂਦੇ ਨੇ। ਕੁਲਫੀ ਗਰਮਾ ਗਰਮ। ਆ ਕੁੜੀ ਗਰਮਾ ਗਰਮ। ਓਏ ਜ਼ਮੀਨ ਨਾਲ ਗੱਲ ਕਰ, ਮੇਰੇ 4 ਭਰਾ ਨੇ। ਤੇਰੇ 4 ਭਾਈ ਆ? ਹੋਰ ਕਿਤੇ ਐਵੇਂ ਭਾਈਆਂ ਤੋਂ ਕਿ ਮੈਂ ਟਿੰਡੀਆਂ ਲੈਣੇ, ਤੂੰ ਭੈਣਾਂ ਦੱਸ ਕਿੰਨੀਆਂ ਨੇ? ਭੈਣ ਤਾਂ ਮੈਂ ਇਕੱਲੀ ਆ। ਇਕੱਲੀ ਆ ਤੂੰ? ਮੇਰੇ ਨਾਲ ਕਿਹੜਾ ਪਾਕਿਸਤਾਨ ਦੀ ਫੌਜ ਆ? ਹੁਣ ਤੇ ਬੜਾ ਹੀ ਜੀ ਕਰਦਾ ਲੱਡੂ ਖਾਣ ਨੂੰ। ਲੈ ਭਾਬੀ ਤੂੰ ਹੁਕਮ ਤੇ ਕਰ, ਮੈਂ ਤਾਂ ਤੇਰੇ ਲਈ ਲੱਡੂਆਂ ਦੀ ਪ੍ਰਾਂਤ ਲਿਆਵਾਂ ਘੋਗਿਆਂ ਦੀ ਹੱਟੀ ਤੋਂ। ਵੇ ਉਹ ਲੱਡੂ ਨਹੀਂ ਬੇ, ਮੈਂ ਤੇਰੇ ਵਿਆਹ ਦੇ ਲੱਡੂ ਕਹਿ ਰਹੀ ਆ। ਭਾਬੀ ਵਿਆਹ ਤਾਂ ਹਾਲੇ ਮੈਂ ਕਰਾਉਣਾ ਨਹੀਂ, ਵੇਖਣਾ ਦੇਸ਼ ਦੇ ਸਾਹਮਣੇ ਪਹਿਲੇ ਜਨਸੰਖਿਆ ਦੀ ਕਿੱਡੀ ਵੱਡੀ ਸਮੱਸਿਆ ਹੈ, ਉੱਪਰੋਂ ਮੈਂ ਵਿਆਹ ਕਰਾ ਕੇ ਨਿਆਣਿਆਂ ਦੀ ਲਾਈਨ ਲਾ ਦਿਆਂ। ਪਰ ਇੱਕ ਗੱਲ ਦੱਸ ਭਾਬੀ, ਮੈਂ ਤੇਰਾ ਕੀ ਵਿਗਾੜਿਆ ਜਿਹੜਾ ਤੂੰ ਮੈਨੂੰ ਫਾਹੇ ਟੰਗਣ ਦੀਆਂ ਸਕੀਮਾਂ ਬਣਾ ਰਹੀ ਹੈ? ਵੇ ਅੱਗੇ ਤੇਰਾ ਬਾਈ ਫਾਹੇ ਟੰਗਿਆ। ਹੋਰ ਕੀ, ਸਾਰਾ ਦਿਨ ਤਾਂ ਮੁਜਰਮਾਂ ਨੂੰ ਬਾਣੀ ਪਾਈ ਰੱਖਦਾ, ਜਦੋਂ ਘਰੇ ਆਉਂਦਾ ਹੈ ਤੇਰੇ ਸਾਹਮਣੇ ਐਵੇਂ ਖੜ ਜੂ ਜਿਵੇਂ ਕਿਸੇ ਦੀ ਜੇਬ ਕੱਟ ਲਈ ਹੋਵੇ। ਖੜਚਾ ਟੁੱਟ ਪੈਣਿਆ ਕੀ ਗੱਲ ਹੋ ਗਈ ਸੁੱਖਿਆ? ਕੁਛ ਨੀ ਬਾਈ, ਭਾਬੀ ਤਾਂ ਐਵੇਂ ਮੇਰੇ ਮਗਰ ਚਿੱਤਰ ਲੈ ਕੇ ਫਿਰਦੀ ਰਹਿੰਦੀ ਹੈ। ਥਾਣੇਦਾਰਨੀ ਜੋ ਹੋਈ ਨਾ, ਜੇ ਥਾਣੇਦਾਰਨੀ ਹੈ ਤਾਂ ਇਹਨੇ ਮੇਰੇ ਵੀਰ ਨੂੰ ਕੁੱਟਣਾ, ਵੱਡੇ ਭਾਈ ਨਾਲ 2 ਘੰਟੇ ਥਾਣੀ ਲਾਇਆ ਹੈ ਘਰੇ। ਹਾਂ ਇੱਕ ਹੋਰ ਆ ਗਈ ਭਰਾ ਦੀ ਹਮਾਇਤਣ। ਉਹ ਕਮਲੀ ਜਈਏ, ਤੂੰ ਇੱਥੇ ਕਿਵੇਂ ਆਈ ਹੈ? ਔਰ ਸੋਨੂੰ ਤਾਂ ਤੇਰਾ ਵਿਆਹ ਹੈ। ਵਿਆਹ ਹੋਇਆ ਤਾਂ ਕੀ ਹੈ, ਮੈਂ ਤਾਂ ਆਪਣੇ ਭਰਾਵਾਂ ਦੇ ਘਰ ਆਈ ਹਾਂ, ਨਾਲੇ ਮੈਨੂੰ ਤਾਂ ਬਾਪੂ ਨੇ ਭੇਜਿਆ ਸੀ ਵੀ ਕੱਲ ਨੂੰ ਤੁਸੀਂ ਸਾਰੇ ਉੱਧਰ ਪਹੁੰਚੋ। ਇਹਦੇ ਵਿੱਚ ਕਹਿਣ ਵਾਲੀ ਕਿਹੜੀ ਗੱਲ ਹੈ, ਧੀ ਦਾ ਵਿਆਹ ਹੈ, ਸਾਰੇ ਪਹੁੰਚਾਂਗੇ। ਨੀ ਜਾਨਕੀ, ਤੂੰ ਤਾਂ ਸਾਨੂੰ ਛੱਡ ਕੇ ਟੁਰ ਜਾਣਾ ਆਪਣੇ ਡਾਕਟਰ ਨਾਲ। ਜੀਤੀ, ਕੁੜੀਆਂ ਤੇ ਚਿੜੀਆਂ ਦਾ ਚੰਬਾ ਹੁੰਦੀਆਂ ਨੇ, ਆਪਣਾ ਆਪਣਾ ਚੋਕ ਚੁਗਣ ਲਈ ਥਾਂ ਥਾਂ ਉੱਡ ਜਾਂਦੀਆਂ। ਤੂੰ ਫਿਕਰ ਨਾ ਕਰ ਲਾਲੀ, ਤੇਰੇ ਹਿੱਸੇ ਦਾ ਸਾਰਾ ਚੋਕ ਅਸੀਂ ਆਪਣੇ ਪਿੰਡ 'ਚ ਖੰਡਾਇਆ ਹੋਇਆ, ਤੇਰਾ ਵਿਆਹ ਤਾਂ ਅਸੀਂ ਇੱਥੇ ਹੀ ਕਰਨਾ। ਤੁਹਾਡੇ ਪਿੰਡ 'ਚ ਤਾਂ ਮੈਂ ਕੋਈ ਨਹੀਂ ਵਿਆਹ ਕਰਾਂਦੀ, ਇੱਥੇ ਜੱਜ ਹਾਲ ਦਾ ਮੁੰਡਾ ਤਾਂ ਕੋਈ ਹੈ ਹੀ ਨਹੀਂ। ਨਾ ਇੱਥੇ ਕਾਹਨੂੰ ਹੈ ਕੋਈ ਜੱਜ ਹਾਲ ਦਾ ਮੁੰਡਾ, ਸਾਨੂੰ ਪਤਾ ਜਿਹਦੇ ਤੇਰੀ ਅੱਖ ਹੈ ਉਹ ਵੇਖ ਰਿਹਾ, ਉਹਦਾ ਕੰਮ ਵੱਲ ਘੱਟ ਧਿਆਨ ਤੇ ਟੇਢੀ ਅੱਖ ਨਾਲ ਇੱਧਰ ਹੀ ਵੇਖ ਰਿਹਾ। ਚੁੱਪ ਕਰਨੀ ਬਸ਼ਰਮੇ, ਜੇ ਪੁਆ ਨੂੰ ਪਤਾ ਚੱਲ ਗਿਆ ਨਾ ਤਾਂ ਮੇਰੇ ਕੁਟਾਪਾ ਚੜ ਜਾਣਾ। ਹੇ
ਬਸ ਥਾਣੇਦਾਰ ਸਾਹਿਬ ਜਿੱਦਾਂ ਤੁਸੀਂ ਕਹੋਗੇ ਮੈਂ ਕਰਨ ਨੂੰ ਤਿਆਰ ਹਾਂ। ਜਰਨੈਲਿਆ, ਬਸ ਇੱਕ ਵਾਰ ਮੰਤਰੀ ਦੇ ਮਾਲ ਆਉਣ ਦੀ ਖਬਰ ਦੇ ਦੇ, ਉਹ ਤੇਰਾ ਕੁਝ ਨਹੀਂ ਵਿਗਾੜ ਸਕੇਗਾ। ਉਹ ਜਲਦੀ ਇਸ ਥਾਣੇ ਦੀ ਹਵਾਲਾਤ ਚ ਹੋ, ਝੰਡੀ ਵਾਲੀ ਕਾਰ ਚ ਨਹੀਂ। ਡੈਡਾ ਦੇਖੋ ਸਾਡੇਦਾਰ ਨੇ ਮੇਰਾ ਕੀ ਹਾਲ ਕੀਤਾ, ਜੇ ਉਹਨੂੰ ਨਾ ਰੋਕਿਆ ਤਾਂ ਵੋਟਾਂ ਤੋਂ ਪਹਿਲਾਂ ਸਾਡੇ ਹੱਥਾਂ ਵਿੱਚ ਹੱਥ ਖੜੀਆਂ ਹੋਣਗੀਆਂ। ਸਾਡੇ ਇਹਨਾਂ ਹੱਥਾਂ ਵਿੱਚ ਲੋਕਾਂ ਨੇ ਇੰਨੀ ਤਾਕਤ ਦਿੱਤੀ ਹੈ ਕਿ ਅਸੀਂ ਜਦੋਂ ਚਾਹੀਏ ਜਿਵੇਂ ਚਾਹੀਏ ਉਸ ਥਾਣੇਦਾਰ ਦੀ ਵਰਦੀ ਲੁਹਾ ਸਕਦੇ ਹਾਂ। ਜਨਾਬ, ਤੁਸੀਂ ਇੱਕ ਵਾਰੀ ਹਰਨੇਕ ਸਿੰਘ ਦੇ ਮੋਢਿਆਂ ਤੋਂ ਸਟਾਰ ਲਹਾ ਕੇ ਮੇਰੇ ਮੋਢਿਆਂ ਤੇ ਲਵਾ ਦਿਓ, ਫਿਰ ਦੇਖਿਓ ਸੇਵਾ ਸਿੰਘ ਦੀ ਸੇਵਾ ਦਾ ਕਮਾਲ। ਸੇਵਿਆ, ਹਰ ਕੰਮ ਲਈ ਇੱਕ ਵਕਤ ਮੁਕਰਰ ਹੁੰਦਾ ਹੈ, ਜਦੋਂ ਆਇਆ ਤੇਰੇ ਮੋਢਿਆਂ ਤੇ ਸਟਾਰਾਂ ਦੀ ਗਿਣਤੀ ਵੱਧ ਵੀ ਜਾਣੀ ਹੈ ਤੇ ਉਸ ਥਾਣੇਦਾਰ ਦੇ ਮੋਢਿਆਂ ਤੇ ਸਟਾਰਾਂ ਦੀ ਗਿਣਤੀ ਘੱਟ ਵੀ ਜਾਣੀ ਹੈ। ਮੈਂ ਹਰ ਕੀੜੇ ਨੂੰ ਇੰਨਾ ਵਕਤ ਜ਼ਰੂਰ ਦੇਣਾ ਕਿ ਉਹਦੇ ਖੰਭ ਨਿਕਲ ਆਣ ਤੇ ਉਹ ਉੱਡ ਕੇ ਇਸ ਅੱਗ ਨਾਲ ਆਪ ਖੇਡਣ ਲਈ ਆਵੇ। ਚੱਕ ਲੋ ਵੇਲ, 25 ਦਿਨ ਹੋ ਗਏ ਆਪਾਂ ਨੂੰ ਲਗਾਤਾਰ ਮਿਲਦੇ ਨੇ, ਪਰ ਅੱਜ ਤੂੰ ਬਹੁਤ ਸੋਹਣੀ ਲੱਗਦੀ। ਸੱਚੀ ਅੱਜ ਮੈਂ ਬਹੁਤ ਸੋਹਣੀ ਲੱਗਦੀ ਆ? ਹਾਂ, ਤੈਨੂੰ ਦੇਖ ਕੇ ਸ਼ੇਰ ਲਿਖਿਆ ਅਰਜ ਹੈ, ਤੇਰਾ ਪੇਠੇ ਜਿੱਡਾ ਮੱਥਾ ਤੇ ਭਿੰਡੀ ਜਿੱਡਾ ਨੱਕ। ਵਾਹ 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 ਵਾਹ, ਤੇਰਾ ਪੇਠੇ ਜਿੱਡਾ ਮੱਥਾ ਤੇ ਭਿੰਡੀ ਜਿੱਡਾ ਨੱਕ, ਤੇਰੀ ਤੋਰੀ ਜਿੱਡੀ ਜੀਭ ਹੈ ਤੇ ਚਿੰਬੜ ਜਿੱਡੀ ਅੱਖ। ਸ਼ੁਕਰੀਆ ਵੇ, ਮੇਰਾ ਮਤਲਬ ਹੈ ਤੈਨੂੰ ਰੱਬ ਨੇ ਹਫ਼ਤੇ ਦੀਆਂ ਛੁੱਟੀਆਂ ਲੈ ਕੇ ਆਰਾਮ ਨਾਲ ਬਣਾਇਆ। ਤੇਰੀਆਂ ਅੱਖਾਂ ਚੋਂ ਸਾਡੇ ਪਿੰਡ ਵਾਲੇ ਛੱਪੜ ਵਾਂਗੂ ਛਮਕ ਛਾਲਾਂ ਵੱਜਦੀਆਂ ਰਹਿੰਦੀਆਂ ਨੇ, ਤੇਰਾ ਮੱਥਾ ਪੰਚਾਇਤੀ ਜ਼ਮੀਨ ਵਾਂਗੂ ਬੰਜਰ ਪਿਆ, ਤੇਰੀਆਂ ਗੱਲਾਂ ਪੈਂਚਰ ਹੋਏ ਟਾਇਰ ਵਰਗੀਆਂ, ਤੇਰੀ ਗੋਰੀ ਗੱਲ ਤੇ ਕਾਲਾ ਤਿਲ, ਐਂ ਲੱਗਦਾ ਜਿਵੇਂ ਮੋਮੀ ਕਾ ਕਿਤੇ ਕਾਂ ਬੈਠਾ ਹੋਵੇ। ਵੇ ਲੁੱਡਣਾ, ਸੋਹਣਾ ਤਾਂ ਤੂੰ ਵੀ ਲੱਗ ਰਿਹਾ। ਨਾ ਨਾ ਨਾ, ਇਹ ਕਿਹੜੀਆਂ ਸ਼ਕਲਾਂ ਨੇ, ਭੈੜੀਆਂ ਸ਼ਕਲਾਂ ਨੇ। ਕਿਉਂ? ਤਾਂ ਰੱਬ ਨੇ ਠੇਕੇ ਤੇ ਬਣਵਾਇਆ, ਸਰਕਾਰੀ ਠੇਕੇਦਾਰਾਂ ਨੇ ਜੂੜ ਵੱਢਿਆ, ਅੱਧਾ ਓਰਿਜਨਲ ਮਾਸ ਅੱਧਾ ਡੁਪਲੀਕੇਟ ਮਾਸ, ਤਾਂ ਤਾਂ ਲਿੰਕ ਰੋਡ ਵਾਂਗੂ ਥਾਂ ਥਾਂ ਤੋਂ ਉੱਚੀ ਨੀਵੀਂ ਬੂਥੀ ਪਈ ਹੈ। ਵੀ ਤੇਰਾ ਬੂਥਾ ਤਾਂ ਮੈਨੂੰ ਜੀਟੀ ਰੋਡ ਵਰਗਾ ਲੱਗਦਾ। ਅੱਛਾ, ਆਜਾ ਆਜਾ ਜਰਨੈਲ, ਦੱਸ ਕੀ ਖਬਰ ਲਿਆ? ਥਾਣੇਦਾਰ ਸਾਹਿਬ, ਖਬਰ ਤਾਂ ਤੁਹਾਡੇ ਕੰਮ ਦੀ ਹੈ, ਪਰ ਡਰ ਲੱਗਦਾ ਤੁਹਾਡੇ ਥਾਣੇ ਦੀਆਂ ਕੰਧਾਂ ਵੀ ਮੰਤਰੀ ਨੂੰ ਖਬਰ ਪਹੁੰਚਾਉਂਦੀਆਂ। ਉਹ, ਤੈਨੂੰ ਡਰਨ ਦੀ ਕੋਈ ਲੋੜ ਨਹੀਂ, ਖੁੱਲ ਕੇ ਦੱਸ ਕੀ ਗੱਲ ਹੈ। ਥਾਣੇਦਾਰ ਸਾਹਿਬ, ਮੰਤਰੀ ਦੀ ਟੀਮ ਦੀ ਗੱਡੀ ਆ ਰਹੀ ਆ ਤੇ ਉਹਦਾ ਨੰਬਰ ਹੈ। ਲੱਭੀ ਫਸ ਗਿਆ ਇੱਦਾਂ, ਘਬਰਾਉਣਾ ਕਿਉਂ? ਪੁਲਿਸ ਕੀ ਗੱਲ ਹੈ ਭਾਬੀ, ਕੱਲੀ ਕੱਲੀ ਦਰੀ ਉਣੀ ਜਾ ਰਹੀ ਹੈ, ਮੈਂ ਲੱਗਾ ਨਾਲ? ਤੂੰ ਮੇਰੇ ਨਾਲ ਕੀ ਦਰੀਆਂ ਬਣਾਉਣੀਆਂ? ਤੂੰ ਜਿਹੜੇ ਕੰਮ ਆਈ ਆ ਨਾ, ਮੈਨੂੰ ਪਤਾ ਹੈ। ਲੈ ਭਾਬੀ, ਮੈਂ ਹੋਰ ਕਿਹੜੇ ਕੰਮ ਆਈ ਆ? ਮੈਥੋਂ ਕੀ ਲੁਕਾਉਣੀ ਆ ਕੁੜੀਏ, ਚਿੱਤਨ ਵੀ ਤੇਰੀ ਬੇੜੀ ਪਾਰ ਲਾਉਣੀ ਹੈ ਨਾ, ਮੈਂ ਲਾਉਣੀ ਆ। ਤੇ ਨਾਲੇ ਮੈਂ ਤੇਰੀ ਭਾਬੀ ਕਿਵੇਂ ਬਣ ਗਿਆ? ਕੱਲ ਨੂੰ ਤੂੰ ਮੇਰੀ ਦਰਾਣੀ ਬਣ ਜਾਣਾ ਭਾਬੀ। ਫੇਰ ਭਾਬੀ? ਅੱਛਾ ਭਾਬੀ, ਹੁਣ ਨੀ ਕਹਿੰਦੀ ਭਾਬੀ, ਤੂੰ ਨੀ ਭਾਬੀ ਕਹਿਣੋ ਹਟਣਾ। ਅੱਛਾ ਅੱਛਾ, ਹੁਣ ਨੀ ਕਵਾਂਗੀ ਭਾਬੀ, ਹੁਣ ਭੈਣ ਜੀ ਕਿਆ ਕਰਾਂਗੀ? ਹਾਂ, ਹੁਣ ਠੀਕ ਹੈ ਭਾਬੀ। ਹਾਏ ਰੱਬਾ, ਵੇ ਕੀ ਹੋਇਆ, ਇਹ ਕੋਈ ਭੂਤ ਤਾਂ ਨੀ ਜਿਹੜਾ ਦੇਖ ਕੇ ਆਇਆ ਸੜਕ? ਇਹ ਭੂਤ ਨੀ, ਪ੍ਰੇਤ ਹੈ ਭਾਬੀ, ਪਤਾ ਨੀ ਮੇਰਾ ਖੇੜਾ ਕਦੋਂ ਛੱਡੂ। ਐ ਨੀ ਖੇੜਾ ਛੁੱਟਣਾ, ਅੱਜ ਮੇਰਾ ਸਾਈਕਲ ਖਰਾਬ ਹੋ ਗਿਆ ਤੇ ਹੁਣ ਮੈਂ ਤੇਰੇ ਨਾਲ ਹੀ ਜਾਣਾ। ਮਰ ਗਏ ਓਏ ਰੱਬਾ, ਪਤਾ ਨੀ ਸਵੇਰੇ ਸਵੇਰੇ ਕੌਣ ਮੱਥੇ ਲੱਗਿਆ ਸੀ,
7 ਮੀਲ ਵਾਰਡ 70 ਕਿਲੋ ਭਾਰ ਸਾਈਕਲ ਤੇ ਖਿੱਚਣਾ ਪੈਣਾ। ਵੇ ਤੂੰ ਚੁੱਪ ਕਰਦਾ ਤੇ ਮੈਂ ਦੱਸਾਂ ਤੈਨੂੰ ਪਤਾ। ਚਲੋ ਛੇਤੀ ਛੇਤੀ ਕਾਲਜ ਆਓ, ਟਾਈਮ ਸਿਰ ਪਹੁੰਚੋ। ਠੀਕ ਹੈ। ਕਿਸ ਬੇਵਕੂਫ ਨਾਲ ਵਾਹ ਪਿਆ ਹੈ? ਇੰਨਾ ਵੀ ਨਹੀਂ ਯਾਰ, ਇਸ ਵੇਰੇ ਮੈਂ ਨਾਲ ਆਈ ਹਾਂ ਤੇ ਹੁਣ ਜਾਣਾ ਵੀ ਉਹਦੇ ਨਾਲ ਹੀ ਹੈ। ਇੱਕ ਦਿਨ ਐਕਸਰਸਾਈਜ਼ ਨਾ ਕਰਦਾ ਤਾਂ ਕੀ ਹੋ ਜਾਂਦਾ? ਉੱਥੇ ਲੋਹੇ ਨਾਲ ਮੱਥਾ ਮਾਰਦਾ ਹੋਣਾ। ਘਰ ਭੂਆ ਫਿਕਰ ਕਰਦੀ ਹੋਣੀ ਹੈ, ਪਤਾ ਨਹੀਂ ਕਦੋਂ ਬਾਹਰ ਆਊ ਨਾ। ਮੈਂ ਬੋਇਜ਼ ਵਿੰਗ ਵਿੱਚ ਜਾ ਸਕਦੀ ਹਾਂ। ਸਾਈਕਲ ਦੇ ਪਿੱਛੇ ਕੀ ਹੈ, ਸਾਈਕਲ ਦੇ ਪਿੱਛੇ, ਸਾਈਕਲ ਦੇ ਪਿੱਛੇ ਕੈਰੀਅਰ, ਕੈਰੀਅਰ ਤੇ ਬਿਠਾਉਂਗਾ ਮੇਰੀ ਜਾਨ ਨੂੰ, ਜਾਨ ਨੂੰ। ਪੌਂ 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 ਪੌਂ। ਡਾਲੀ ਤੂੰ ਅਜੇ ਪਿੰਡ ਨੂੰ ਨਹੀਂ ਗਈ? ਆਜਾ ਆਜਾ ਬੈਠ, ਮੇਰੇ ਨਾਲ ਬੈਠ, ਮੇਰੇ ਨਾਲ ਬੈਠ, ਆਜਾ। ਚੰਗਾ ਬਾਈ ਲੁੱਡਣਾ। ਜੇ ਬਾਈ ਨਾ ਕਹਿੰਦੀ ਫਿਰ ਕਿਹੜਾ ਮੂੰਹ ਖੁਰ ਹੋ ਜਾਂਦਾ? ਕੀ ਕਿਹਾ ਬਾਈ? ਕੁਛ ਨਹੀਂ ਕੁਛ ਨਹੀਂ ਕੁਛ ਨਹੀਂ, ਬੈਠ 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 ਬੈਠ, ਆ ਕਿਤਾਬਾਂ ਮੈਨੂੰ ਫੜਾ ਦੇ। ਬਹਿ ਗਈ, ਚਲੀਏ ਫਿਰ। ਆਵੇਂ ਸਾਡੇ ਨਾਲ ਜਾਵੇਂ ਹੋਰ ਨਾਲ, ਆਵੇਂ ਸਾਡੇ ਨਾਲ, ਆਵੇਂ ਸਾਡੇ ਨਾਲ ਜਾਵੇਂ ਹੋਰ ਨਾਲ, ਆਵੇਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ। ਪੱਲੇ ਵਿੱਚ ਲਾਕ ਸੱਜਣਾ, ਅੱਖਾਂ ਸਾਡੇ ਨਾਲ, ਦਿਲ ਕਿਸੇ ਹੋਰ ਨਾਲ। ਪੱਲੇ ਵਿੱਚ ਲਾਕ ਸੱਜਣਾ ਸੱਜਣਾ, ਪੱਲੇ ਵਿੱਚ ਲਾਕ ਸੱਜਣਾ ਸੱਜਣਾ, ਪੱਲੇ ਵਿੱਚ ਲਾਕ। ਸਾਈਆਂ ਸਾਡੇ ਨਾਲ, ਸਾਈਆਂ ਸਾਡੇ ਨਾਲ, ਬਤਾਈਆਂ ਕਿਸੇ ਹੋਰ ਨਾਲ। ਪੱਲੇ ਉਹ ਚਲਾਕ ਸੱਜਣਾ ਸੱਜਣਾ, ਪੱਲੇ ਉਹ ਚਲਾਕ ਸੱਜਣਾ ਸੱਜਣਾ, ਪੱਲੇ ਉਹ ਚਲਾਕ ਸੱਜਣਾ। ਨਿਗਰਾਂ ਦੇ ਵਾਂਗੂ ਸਾਨੂੰ ਲਾਰਿਆਂ ਚ ਰੱਖਣਾ, ਵਾਦਾ ਸਾਡੇ ਨਾਲ, ਵਾਦਾ ਸਾਡੇ ਨਾਲ, ਵਾਦਾ ਸਾਡੇ ਨਾਲ ਨਿਭਾਵੇਂ ਕਿਸੇ ਹੋਰ ਨਾਲ। ਪੱਲੇ ਵਿੱਚ ਲਾਕ ਸੱਜਣਾ ਸੱਜਣਾ, ਪੱਲੇ ਵਿੱਚ ਲਾਕ ਸੱਜਣਾ ਸੱਜਣਾ, ਪੱਲੇ ਵਿੱਚ ਲਾਕ ਸੱਜਣਾ। ਅੱਖਾਂ ਨਾਲ ਅੱਖਾਂ ਦੀਆਂ ਲੈਂਦੇ ਉਤਲਾਸ਼ੀਆਂ, ਸਾਡੇ ਨਾਲ,
ਜਿਹਨੇ ਸਾਡੇ ਨਾਲ ਰਾਤੀ ਮੈਨੂੰ ਮਾਫ ਕਰ ਦਿਓ ਮੰਤਰੀ ਸਾਹਿਬ, ਮੈਨੂੰ ਮਾਫ ਕਰ ਦਿਓ। ਤੈਨੂੰ ਅਸੀਂ ਮਾਫ ਕਰ ਸਕਦੇ ਹਾਂ ਜੇਲਿਆ, ਪਰ ਤੇਰੇ ਉਸ ਡਰ ਦਾ ਕੀ ਕਰੀਏ ਜਿਹੜਾ ਤੇਰੇ ਅੰਦਰ ਬੈਠ ਗਿਆ। ਪਹਿਲਾਂ ਤੂੰ ਮੌਤ ਦੇ ਡਰ ਤੋਂ ਸਾਡੇ ਖਿਲਾਫ ਥਾਣੇਦਾਰ ਨੂੰ ਇਤਲਾਹ ਕੀਤੀ, ਹੁਣ ਮੌਤ ਦੇ ਡਰ ਤੋਂ ਸਾਡੇ ਪੈਰੀ ਪੈ ਰਹੇ ਹੈ। ਮੌਤ ਤੋਂ ਭਲਾ ਕਦੇ ਕੋਈ ਬਚ ਸਕਿਆ? ਕਿਉਂ, ਕੀ ਖਿਆਲ ਹੈ ਜੇਲਿਆ? ਕਿਉਂ ਨਾ ਹੁਣੇ ਹੀ ਤੇਰਾ ਇਹ ਡਰ ਹਮੇਸ਼ਾ ਹਮੇਸ਼ਾ ਵਾਸਤੇ ਖਤਮ ਕਰ ਦਿੱਤਾ ਜਾਵੇ। ਪਾਪਾ ਪਾਪਾ, ਅੱਜ ਮੇਰੇ ਵੀਰ ਦੀ ਲੋਹੜੀ ਆ, ਤੁਸੀਂ ਜਲਦੀ ਵਾਪਸ ਆ ਜਾਣਾ। ਅੱਜ ਤਾਂ ਅਸੀਂ ਦੋਵਾਂ ਭਰਾਵਾਂ ਨੇ ਰਲ ਕੇ ਦਾਰੂ ਪੀਣੀ ਹੈ, ਭੰਗੜੇ ਪਾਉਣੇ ਤੇ ਨਾਲੇ ਬੱਕਰੇ ਬੁਲਾਉਣੇ। ਓਏ ਸੁਖੇ ਪੁੱਤਰਾ, ਦਾਰੂ ਦੂਰੂ ਪੀਣ ਨੂੰ ਤਾਂ ਰਹਿ ਨਹੀਂ ਦਿਓ। ਲਓ ਜੀ, ਸੁਣ ਲਓ ਸਾਡੇ ਸਤਜੋਗੀ ਬਾਪੂ ਦੀ ਗੱਲ। ਉਹ ਅੱਜ ਦਾਰੂ ਨਹੀਂ ਪੀਆਂਗੇ ਤੇ ਫਿਰ ਕਦ ਪੀਆਂਗੇ? ਨਾਲੇ ਤੁਹਾਡੀਆਂ ਰਿਓੜੀਆਂ ਮੂੰਗਫਲੀਆਂ ਖਾਣਾ ਇੱਥੇ ਕਿਸੇ ਨੇ ਨਹੀਂ ਆਉਣਾ, ਅੱਜ ਤਾਂ ਇੱਥੇ ਦਾਰੂ ਡੂ। ਉਹ ਕੋਈ ਗੱਲ ਨਹੀਂ, ਕਰ ਲਈ ਤੂੰ ਆਪਣੇ ਚਾਹ ਪੂਰਾ। ਅੱਛਾ, ਪਾ ਲਈ ਜਿਹੜੀ ਕੜਵਾਸ ਪਾਣੀ ਹੈ। ਹੈਂ, ਠੀਕ ਹੈ, ਮੈਂ ਤੇ ਹੁਣ ਚੱਲਿਆ, ਸ਼ਾਮ ਨੂੰ ਛੇਤੀ ਆਵਾਂਗਾ। ਅੱਛਾ, ਓਕੇ। ਕਰਨਾ ਤਾਂ ਕੁਝ ਵੀ ਨਹੀਂ, ਤੁਸੀਂ ਸਿਰਫ ਕਚਹਿਰੀ ਜਾ ਕੇ ਦੱਸਣਾ ਕਿ ਫੇਮ ਮੰਤਰੀ ਦੀ ਹੈ। ਬਈ ਥਾਣੇਦਾਰਾ, ਓਏ ਤੂੰ ਤਾਂ ਐ ਘਬਰਾਇਆ ਜਿਵੇਂ ਅਫਸਰਾਂ ਨੇ ਤੈਨੂੰ ਰੰਗੇ ਹੱਥ ਫੜ ਲਿਆ ਹੋਵੇ। ਓਏ ਸੁੱਖ ਤਾਂ ਹੈ? ਜੇ ਸੁੱਖ ਹੁੰਦੀ ਤਾਂ ਮੈਨੂੰ ਭੱਜਣ ਦੀ ਕੀ ਲੋੜ ਸੀ ਜਨਾਬ? ਜੇ ਹੁਣ ਵੀ ਕੁਝ ਨਾ ਕੀਤਾ ਤਾਂ ਕੱਲ ਦਾ ਸੂਰਜ ਤੁਹਾਡੇ ਵਾਸਤੇ ਰੋਸ਼ਨੀ ਨਹੀਂ ਹਨੇਰਾ ਰਹਿ ਕੇ ਚੜੂਗਾ। ਓਏ ਕੱਲ ਦੇ ਸੂਰਜ ਨੂੰ ਗ੍ਰਹਿਣ ਲੱਗਣਾ? ਗ੍ਰਹਿਣ ਸੂਰਜ ਨੂੰ ਨਹੀਂ ਸਾਲਾ ਸਾਹਿਬ, ਤੁਹਾਡੀ ਜ਼ਿੰਦਗੀ ਨੂੰ ਲੱਗ ਰਿਹਾ। ਹਰੇਕ ਥਾਣੇਦਾਰ ਨੇ ਦੋਨੋਂ ਆਦਮੀਆਂ ਨੂੰ ਤੁਹਾਡੇ ਖਿਲਾਫ ਗਵਾਹੀ ਦੇਣ ਵਾਸਤੇ ਤਿਆਰ ਕਰ ਲਿਆ। ਉਹ ਕਿਸੇ ਵੇਲੇ ਵੀ ਵਾਰੰਟ ਲੈ ਕੇ ਇੱਥੇ ਆ ਸਕਦਾ। ਮਾਲਕੋ, ਉਹ ਥਾਣੇਦਾਰ ਦਾ ਕੁਝ ਕਰੋ, ਉਹ ਮੇਰਾ ਤਾਂ ਜੀ ਘਬਰਾ ਰਿਹਾ, ਮੇਰੀ ਅੱਖਾਂ ਕੇ ਤੁੰਦੂ ਘਾਰਾ ਆ ਰਿਹਾ। ਉਹ ਮਾਲਕੋ, ਉਹ ਕੁਝ ਤਾਂ ਕਰੋ ਉਹਦਾ। ਓਏ ਸੇਵਿਆ, ਤੂੰ ਕਦੇ ਤਾਂ ਮੂੰਹ ਚੋਂ ਚੰਗੀ ਖਬਰ ਕੱਢਿਆ ਕਰ। ਚੰਗੀ ਖਬਰ ਤਾਂ ਇਹ ਤਾਂ ਹੀ ਸੁਣਾਉ ਮਾਮਾ, ਜੇ ਇਹਦੇ ਕੋਲ ਕੋਈ ਚੰਗੀ ਖਬਰ ਹੋਊ। ਹੁਣ ਤਾਂ ਸਾਰੇ ਆਪਾਂ ਜੇਲ੍ਹ ਜਾਣ ਦੀਆਂ ਤਿਆਰੀਆਂ ਕਰੀਏ। ਸ਼ਾਂਤੀ ਪੁੱਤਰਾ, ਸ਼ਾਂਤੀ। ਥਾਣੇਦਾਰਾ ਜੀ, ਤੈਨੂੰ ਬੜਾ ਚਾਅ ਹੈ ਨਾ ਆਪਣੇ ਮੋਢਿਆਂ ਤੇ ਸਟਾਰ ਵਧਾਉਣ ਦਾ? ਜੀ ਜੀ ਸਾਹਿਬ।
ਤਾਂ ਸਮਝ ਲੈ ਤੇਰੇ ਮੋਢਿਆਂ ਤੇ ਸਟਾਰ ਵੱਧ ਗਏ। ਤੂੰ ਇਸ ਇਲਾਕੇ ਦਾ ਵੱਡਾ ਥਾਣੇਦਾਰ ਹੋ ਗਿਆ। ਕੀ ਗੱਲ ਹੈ ਸੇਵਿਆ, ਅੱਜ ਬੜਾ ਉਦਾਸ ਜਿਹਾ ਲੱਗਦਾ। ਕੁਝ ਨੀ ਸਾਹਿਬ ਜੀ, ਐਵੇਂ ਚਿੱਤ ਜਿਹਾ ਨਹੀਂ ਲੱਗਦਾ। ਸੋਚਦਾ ਜੇ ਅੱਜ ਪਿੰਡ ਹੁੰਦਾ ਤਾਂ ਲੋਹੜੀ ਮੈਂ ਵੀ ਪਰਿਵਾਰ ਨਾਲ ਮਨਾ ਲੈਂਦਾ। ਉਦਾਸ ਨਾ ਹੋ ਸੇਵਿਆ, ਚੱਲ ਮੇਰੇ ਨਾਲ ਸਾਡੇ ਘਰ, ਅੱਜ ਉੱਥੇ ਲੋਹੜੀ ਦੀਆਂ ਬੜੀਆਂ ਰੌਣਕਾਂ ਨੇ, ਨਾਲੇ ਤੇਰਾ ਵੀ ਚਿੱਤ ਜਿਹਾ ਲੱਗ ਜਾਊ। ਜਿਵੇਂ ਤੁਸੀਂ ਕਹੋ। ਚੱਲ ਸੇਵਿਆ, ਇਹ ਵਰਦੀ ਤਾਂ ਆਪਣੀ ਮਾਂ ਹੁੰਦੀ ਹੈ, ਅੱਜ ਤੂੰ ਇਸ ਵਰਦੀ ਦਾ ਵੀ ਮੁੱਲ ਪਾਤਾ। ਮੈਂ ਕਿਹਾ ਸੀ ਨਾ ਕਿ ਜਿਹੜਾ ਵਿਕਦਾ ਨੀ ਉਹਦਾ ਮੁੱਲ ਅਸੀਂ 2 ਕੌਡੀ ਦਾ ਨੀ ਰਹਿ ਦਿੰਦੇ। ਹੈਂ, ਮੇਰੇ ਮੁੱਲ ਬਾਰੇ ਨਾ ਸੋਚ ਬਲਵੰਤਿਆ। ਮੁੱਲ ਤਾਂ ਤੇਰਾ ਉਸ ਦਿਨ ਪਊ ਜਿਸ ਦਿਨ ਲੋਕਾਂ ਨੂੰ ਤੇਰੇ ਚਿੱਟੇ ਕੱਪੜੇ ਦੇ ਪਿੱਛੇ ਲੁਕੇ ਹੋਏ ਸ਼ੈਤਾਨ ਦਾ ਪਤਾ ਲੱਗਣਾ ਹੈ, ਤੇ ਉਸ ਦਿਨ ਤੇਰੀ ਮੌਤ, ਤੇਰੀ ਮੌਤ ਕੁੱਤੇ ਤੋਂ ਵੀ ਭੈੜੀ ਹੋਣੀ ਹੈ। ਮੌਤ, ਮੌਤ ਤਾਂ ਹੁਣ ਤੇਰੇ ਸਿਰ ਤੇ ਖੜੀ ਹੈ ਥਾਣੇਦਾਰਾ। ਕੱਲ ਨੂੰ ਤੇਰੀ ਜਨਾਨੀ ਤੇਰੇ ਸਿਵੇ ਦੀ ਅੱਗ ਸੇਕੇਗੀ, ਅੱਜ ਤਾਂ ਉਹ ਲੋਹੜੀ ਦੀ ਅੱਗ ਸੇਕ ਰਹੀ ਹੋਣੀ ਹੈ ਨਾ।
ਬੱਚਿਆ ਚਾਰ ਚੁਕੇ ਰਾਣੀ ਉਮਰਾਂ ਮਾਣੀ ਜੁਗ ਜੁਗ ਜੀਵੇ ਲਾਲ ਬਾਬੀਏ ਤੇਰਾ ਨੀ ਰੌਣਕ ਦਾ ਹੜ ਵੇੜੇ ਵਗਿਆ ਨੱਚਿਆ ਚਾਰ ਚੁਕੇ ਰਾਣੀ ਉਮਰਾਂ ਮਾਣੀ ਜੁਗ ਜੁਗ ਜੀਵੇ ਲਾਲ ਬਾਬੀਏ ਤੇਰਾ ਨੀ ਹੋਈ ਮੇਰੇ ਹੈ ਅੱਜ ਰੱਬ ਦੀ ਅੜੀਏ ਹੋਈ ਮੇਰੇ ਹੈ ਅੱਜ ਰੱਬ ਦੀ ਅੜੀਏ ਆ ਮੈਂ ਨੱਚਦੀ ਤੂੰ ਪਾਬੀਏ ਕੜਾ ਦੰਦਾ ਨਾਲ ਚੰਦ ਵਰਗੀ ਚੰਦ
ਵਰਗੀ ਤੈਨੂੰ ਨਜ਼ਰ ਕਿਤੇ ਨਾ ਲੱਗ ਜਾਵੇ ਤੂੰ ਜਾਦੂਈ ਦੇ ਚੰਦ ਵਰਗੀ ਤੈਨੂੰ ਨਜ਼ਰ ਕਿਤੇ ਨਾ ਲੱਗ ਜਾਵੇ ਜਾਦੂਈ ਦੇ ਚੰਦ ਵਰਗੀ ਤੈਨੂੰ ਨਜ਼ਰ ਕਿਤੇ ਨਾ ਲੱਗ ਜਾਵੇ ਜਾਦੂਈ ਦੇ ਚੰਦ ਵਰਗੀ ਤੈਨੂੰ ਨਜ਼ਰ ਕਿਤੇ ਨਾ ਲੱਗ ਜਾਵੇ ਜਾਦੂਈ ਦੇ ਚੰਦ ਵਰਗੀ ਹੌਸਲਾ ਰੱਖ, ਜੋ ਰੱਬ ਨੂੰ ਮਨਜ਼ੂਰ ਸੀ ਰੱਬ ਨੂੰ ਵੀ ਸ਼ਾਇਦ ਚੰਗੇ ਬੰਦਿਆਂ ਦੀ ਲੋੜ ਰਹਿੰਦੀ ਹੈ ਜਿਹੜਾ ਉਹਨੂੰ ਉੱਪਰ ਬੁਲਾ ਲਿਆ। ਮੈਂ ਤਾਂ ਜਦ ਸੁਣਿਆ ਦਿਲ ਵਿੱਚ ਹੂਕ ਚ ਨਿਕਲ ਗਈ, ਪਰ ਕੀ ਕਰ ਸਕਦੇ ਹਾਂ ਸਰਵਣ ਸਿਆ, ਹਰਨੇਕ ਦੀ ਜਿੰਨੀ ਤੁਹਾਨੂੰ ਲੋੜ ਸੀ ਇਸ ਇਲਾਕੇ ਨੂੰ ਉਸ ਤੋਂ ਜ਼ਿਆਦਾ ਲੋੜ ਸੀ। ਸਾਰੇ ਭਾਰਤੀਆਂ ਨੂੰ ਨਰਕ ਚ ਵੀ ਜਗ੍ਹਾ ਨਹੀਂ ਮਿਲਣੀ, ਕਿਵੇਂ ਕੋ ਕੋ ਕੇ ਮਰਿਆ ਵਿਚਾਰੇ ਨੂੰ। ਹੌਸਲਾ ਰੱਖ ਸਰਵਣ ਸਿਆ, ਹੌਸਲਾ ਰੱਖ, ਆਪਣੇ ਪਰਿਵਾਰ ਨੂੰ ਵੀ ਹੁਣ ਤੂੰ ਹੀ ਹੌਸਲਾ ਬਣਾਉਣਾ। ਮੈਂ ਜਿੰਨੇ ਜੋਗਾ ਤੁਹਾਡੀ ਸੇਵਾ ਚ ਹਾਜ਼ਰ ਹਾਂ, ਮਰਨ ਵਾਲੇ ਦੀ ਵਿਧਵਾ ਨੂੰ 1 ਲੱਖ ਰੁਪਈਆ ਤੇ ਕੱਪੜੇ ਸਿਉਣ ਵਾਲੀ ਮਸ਼ੀਨ ਮੈਂ ਦਵਾ ਦੂ ਸਰਕਾਰ ਵੱਲੋਂ, ਬਾਕੀ ਜਦੋਂ ਮੇਰੀ ਜ਼ਰੂਰਤ ਹੋਵੇ ਸੁਨੇਹਾ ਘੱਲ ਦੀ, ਮੈਂ ਹਾਜ਼ਰ ਹੋ ਜਾਵਾਂਗਾ। ਅੱਛਾ ਵੀ ਸਰਵਣ ਸਿਆ, ਚੰਗਾ ਵੀ ਸੱਜਣੋ, ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ। ਸੁਖਿਆ ਹੁਣ ਰੋਣਾ ਬੰਦ ਕਰ ਦੇ, ਤੇਰਾ ਭਰਾ ਤਾਂ ਸ਼ੇਰ ਸੀ, ਸ਼ੇਰ ਸੂਰਮੇ ਦੀ ਮੌਤ ਮਰਿਆ, ਦੁਸ਼ਮਣਾਂ ਨੇ ਉਹਨੂੰ ਧੋਖੇ ਨਾਲ ਮਾਰਤਾ, ਨਹੀਂ ਤਾਂ ਉਹ ਮਰਨ ਵਾਲਾ ਨਹੀਂ ਸੀ। ਬਸ ਵੀਰਿਆ, ਮੈਨੂੰ 1 ਵਾਰ ਆਪਣੇ ਭਰਾ ਦੇ ਕਾਤਲਾਂ ਦਾ ਪਤਾ ਲੱਗ ਜਾਵੇ ਫਿਰ ਉਹਨਾਂ ਨੂੰ ਕਾਨੂੰਨ ਦੇ ਦਰਵਾਜ਼ੇ ਤੱਕ ਮੈਂ ਆਪ ਲੈ ਜਾਵਾਂਗਾ। ਇੱਕ ਗੱਲ ਮੈਂ ਕਹਿਣਾ, ਮੈਨੂੰ ਲੱਗਦਾ ਕਿ ਇਸ ਕਤਲ ਦੇ ਪਿੱਛੇ ਇਸ ਮੰਤਰੀ ਦਾ ਹੱਥ ਸੀ, ਜਿਹੜਾ ਹੁਣੇ ਇੱਥੋਂ ਮੋਮੋ ਠੰਗੜੀਆਂ ਮਾਰਦਾ ਗਿਆ, ਉਹਦੇ ਨਾਲ ਛੋਟਾ ਥਾਣੇਦਾਰ ਸੇਵਾ ਸਿੰਘ ਵੀ ਰਲਿਆ ਹੋਇਆ। ਆ ਵੀ ਸੁਖਿਆ, ਬੜਾ ਅਫਸੋਸ ਹੋਇਆ ਯਾਰ ਥਾਣੇਦਾਰ ਸਾਹਿਬ ਦੀ ਮੌਤ ਦਾ, ਰੱਬ ਉਹਨਾਂ ਨੂੰ ਸੁਰਗਾਂ ਚ ਵਾਸਾ ਦੇਵੇ। ਪਰ ਤੂੰ ਫਿਕਰ ਨਾ ਕਰੀ, ਜਿਹਨਾਂ ਅਣਪਛਾਤੇ ਬੰਦਿਆਂ ਨੇ ਉਹਨਾਂ ਦਾ ਕਤਲ ਕੀਤਾ ਪੁਲਿਸ ਨੇ ਉਹਨਾਂ ਨੂੰ ਨਾਮਜ਼ਦ ਕਰ ਲਿਆ, ਬਹੁਤ ਛੇਤੀ ਫੜੇ ਜਾਣਗੇ। ਉਫ਼ ਕਿੰਨਾ ਚੰਗਾ ਬੰਦਾ ਸੀ ਹਰਨੇਕ ਸਿੰਘ,
ਬਿਨਾਂ ਗੱਲ ਤੋਂ ਕਤਲ ਕਰ ਦਿੱਤਾ। ਥਾਣੇਦਾਰਾ, ਮੇਰੇ ਭਰਾ ਦਾ ਕਾਤਲ ਕੋਈ ਅਣਪਛਾਤਾ ਬੰਦਾ ਨਹੀਂ ਹੈ, ਉਸ ਦਾ ਕਾਤਲ ਹੈ ਮੰਤਰੀ ਬਲਵੰਤ ਸਿੰਘ। ਤੇ ਮੈਨੂੰ ਇਹ ਵੀ ਪਤਾ ਹੈ ਕਿ ਤੇਰੇ ਮੋਢੇ ਤੇ ਲੱਗੇ ਸਟਾਰਾਂ ਤੇ ਮੇਰੇ ਭਰਾ ਦੇ ਖੂਨ ਦੇ ਦਾਗ ਨੇ। ਸੁਖਿਆ, ਮੈਨੂੰ ਲੱਗਦਾ ਤੈਨੂੰ ਕੁਝ ਜ਼ਿਆਦਾ ਹੀ ਜਾਣਕਾਰੀ ਹੈ। ਇੰਨੀ ਛੋਟੀ ਉਮਰ ਦੇ ਵਿੱਚ ਐਡੀ ਵੱਡੀ ਜਾਣਕਾਰੀ ਕਈ ਵਾਰੀ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ। ਥਾਣੇਦਾਰਾ, ਇੱਕ ਸਲਾਹ ਦਿਆਂ ਤੈਨੂੰ, ਇਹ ਵਰਦੀ ਪਾ ਕੇ ਕਾਨੂੰਨ ਵਿੱਚ ਨਾਲੋਂ ਤਾਂ ਚੰਗਾ ਹੈ ਕਿਸੇ ਰੰਡੀ ਦੇ ਕੋਠੇ ਤੇ ਜਾ ਕੇ ਦੱਲਾਗੀਰੀ ਕਰ ਲੈ, ਤਾਂ ਕਿ ਲੋਕ ਦੱਲੇ ਨੂੰ ਦੱਲਾ ਤਾਂ ਕਹਿ ਸਕਣ। ਹਰਾਮਜ਼ਾਦੇ, ਇਹਨੂੰ ਕੁੱਤੇ ਨੂੰ ਚੱਕ ਕੇ ਬਾਹਰ ਛੱਡ ਦਿਓ। ਅੱਜ ਤਾਂ ਤੂੰ ਮੈਨੂੰ ਥਾਣਿਓਂ ਬਾਹਰ ਸੁਟਵਾ ਦੇਗਾ ਥਾਣੇਦਾਰਾ, ਪਰ ਮੇਰੀ ਇੱਕ ਗੱਲ ਯਾਦ ਰੱਖੀ, ਤੂੰ ਯਾਦ ਰੱਖੀ ਕਿ ਕਾਨੂੰਨ ਸਿਰਫ ਤੇਰੇ ਤੇ ਆ ਕੇ ਨਹੀਂ ਰੁਕ ਜਾਂਦਾ, ਮੈਂ ਉੱਪਰ ਤੱਕ ਜਾਵਾਂਗਾ। ਜਾ, ਤੈਨੂੰ ਤੇ ਤੇਰੇ ਉਸ ਮੰਤਰੀ ਨੂੰ ਲੈ ਜਾ, ਸਜ਼ਾ ਮੈਂ ਦਵਾਈ ਤਾਂ ਮੇਰਾ ਨਾਮ ਲੈ ਜਾ ਨਹੀਂ। ਆਓ ਆਓ ਮੇਰੇ ਕੁੱਕੜੋ ਆਓ, ਤੁਹਾਡੇ ਸਤਿਕਾਰ ਚ ਅੱਜ ਦੇ ਜਸ਼ਨ ਦਾ ਪ੍ਰਬੰਧ ਕੀਤਾ। ਥਾਣੇ ਦੀਆਂ ਸੁੱਕੀਆਂ ਰੋਟੀਆਂ ਖਾ ਖਾ ਤੁਹਾਡੇ ਵੀ ਹਾਜ਼ਮੇ ਖਰਾਬ ਹੋ ਗਏ ਹੋਣੇ। ਮੰਤਰੀ ਸਾਹਿਬ, ਇਹ ਤਾਂ ਤੁਸੀਂ ਬਹੁਤ ਚੰਗਾ ਕੀਤਾ ਜਿਹੜਾ ਤੁਸੀਂ ਸਾਨੂੰ ਥਾਣੇ ਚੋਂ ਛੁਡਾ ਲਿਆ। ਓ ਰੱਬ ਦੀ, ਬੜਾ ਦੁੱਖ ਦਿੱਤਾ ਸੀ ਉਸ ਥਾਣੇਦਾਰ ਨੇ। ਤੇ ਅੱਜ ਮੈਂ ਤੁਹਾਡਾ ਹਰ ਸੁੱਖ ਤੇ ਹਰ ਦੁੱਖ ਹਮੇਸ਼ਾ ਲਈ ਖਤਮ ਕਰ ਦੇਣਾ ਹੈ। ਤੁਸੀਂ ਤਾਂ ਆਪਣੇ ਗੁਨਾਹਾਂ ਦੇ ਸਾਰੇ ਨਿਸ਼ਾਨ ਮਿਟਾ ਦਿੱਤੇ, ਪਰ ਜੇ ਹਰਨੇਕ ਦੇ ਛੋਟੇ ਭਰਾ ਦਾ ਕੁਝ ਨਾ ਕੀਤਾ ਤਾਂ ਉਹ ਸਾਡੇ ਸਾਰਿਆਂ ਲਈ ਕੋਈ ਨਾ ਕੋਈ ਮੁਸੀਬਤ ਖੜੀ ਕਰੂਗਾ। ਅੱਜ ਹੀ ਆਇਆ ਸੀ ਥਾਣੇ ਵਿੱਚ ਤੇ ਉਹ ਤਾਤੋ ਵੀ ਉੱਪਰ ਤੱਕ ਪਹੁੰਚ ਕਰਨ ਦੀ ਧਮਕੀ ਦੇ ਗਿਆ। ਹਰ ਪਹੁੰਚ ਸਾਡੇ ਤੇ ਆ ਕੇ ਖਤਮ ਹੋ ਜਾਂਦੀ ਹੈ। ਜੇ ਉਹ ਥਾਣੇ ਚ ਆਇਆ ਸੀ ਤਾਂ ਵਾਪਸ ਕਿਵੇਂ ਚਲਾ ਗਿਆ? ਜਾ ਕੇ ਉਹਨੂੰ ਗ੍ਰਿਫਤਾਰ ਕਰ। ਜਿਸ ਕਾਨੂੰਨ ਦੀ ਧਮਕੀ ਉਹ ਦੇ ਕੇ ਗਿਆ, ਉਸੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਉਸਨੂੰ ਖਤਮ ਕਰ ਦੇ, ਤਾਂ ਕਿ ਉਸ ਨੂੰ ਵੀ ਪਤਾ ਲੱਗੇਗਾ ਕਿ ਅਸੀਂ ਕਾਨੂੰਨ ਦੇ ਗਲ ਵਿੱਚ ਪਟਾ ਪਾਇਆ ਹੋਇਆ ਹੈ। ਸੁਖਿਆ, ਕਿਹੜੇ ਕਾਨੂੰਨ ਦੀ ਗੱਲ ਕਰਦਾ ਹੈ? ਇਹ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ। ਤੂੰ ਕਹੇਗਾ ਕਿ ਮੇਰੀ ਲਾਲੀ ਕਿੰਨੀ ਡਰਪੋਕ ਤੇ ਖੁਦਗਰਜ਼ ਹੈ, ਪਰ ਮੈਂ ਕੀ ਕਰਾਂ? ਮੇਰੇ ਪਿਆਰ ਦੀ ਪੀਂਘ ਨੂੰ ਤਾਂ ਹਲੇ ਖੁਲਾਰਾ ਵੀ ਨਹੀਂ ਸੀ ਆਇਆ ਕਿ ਵੈਰੀਆਂ ਨੇ ਪੀਂਘ ਵੜ ਦਿੱਤੀ। ਪਰ ਤੂੰ ਦੱਸ ਲਾਲੀ, ਮੈਂ ਕੀ ਕਰਾਂ? ਜਦ ਮੈਂ ਆਪਣੀ ਭਾਬੀ ਤੇ ਬਾਪੂ ਦੀਆਂ ਅੱਖਾਂ ਵਿੱਚ ਸੁੱਕੇ ਹੋਏ ਹੰਝੂ ਵੇਖਦਾ ਤਾਂ ਮੇਰੇ ਸੀਨੇ ਵਿੱਚ ਅੱਗ ਲੱਗ ਜਾਂਦੀ ਹੈ। ਪਰ ਤੂੰ ਫਿਕਰ ਨਾ ਕਰ, ਜਦ ਮੈਂ ਆਪਣੇ ਭਰਾ ਦੇ ਕਾਤਲਾਂ ਨੂੰ ਸਜ਼ਾ ਦਵਾ ਦਿੱਤੀ, ਫਿਰ ਮੈਂ ਆਪਣੇ ਪਿਆਰ ਦੀ ਪੀਂਘ ਨੂੰ ਅਜਿਹਾ ਉਲਾਰਾ ਦਿਆਂਗਾ ਕਿ ਉਹ ਅਸਮਾਨ ਤੱਕ ਜਾ ਪਹੁੰਚੇਗੀ। ਸੁਖਿਆ, ਲਾਲੀ ਕਾਕਾ।
ਲੱਗਿਆ ਮਿਰਜ਼ੇ ਦੀ ਭੂਆ ਦਾ ਪੁੱਤ। ਸੰਬੰਧ ਰੱਖਣੇ ਮੁਜਰਮਾਂ ਨਾਲ ਤੇ ਕਰਨੀਆਂ ਆਸ਼ਕੀਆਂ। ਵਾਹ ਓਏ ਵੱਡਿਆ ਆਸ਼ਕਾ, ਚਾਹ ਅੰਦਰਲੀ ਤਲਾਸ਼ੀ ਲੱਗਿਆ। ਚੱਲ ਥਾਣੇਦਾਰਾ, ਆਪਣੀ ਜ਼ਬਾਨ ਨੂੰ ਇੱਥੇ ਹੀ ਰੋਕ ਲੈ। ਮੇਰੇ ਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਹੀ ਸੋਚ ਲੈ ਕਿ ਮੈਂ ਥਾਣੇਦਾਰ ਹਰਨੇਕ ਦਾ ਭਰਾ, ਜਿਸ ਦੀ ਸ਼ਰਾਫਤ ਦੀ ਲੋਕ ਸੌ ਖਾਂਦੇ ਸੀ। ਅੱਛਾ ਸਾਹਿਬ ਜੀ, ਕੀ ਹੈ? ਅੰਦਰੋਂ ਰਾਈਫਲ ਮਿਲੀ ਹੈ ਜੀ। ਹੈ? ਆ ਦੇਖ ਲਿਆ ਆਪਣੀ ਸ਼ਰਾਫਤ ਦਾ ਸਬੂਤ? ਓਏ ਓਏ, ਇਹਦੀ ਹਿੰਮਤ ਤਾਂ ਦੇਖੋ, ਅੰਦਰ ਹਥਿਆਰ ਪਏ ਨੇ ਤੇ ਬਾਹਰ ਆ ਗਾਜਰ ਵਰਗੀ ਰੰਨ ਦੇ ਮਖਮਲ ਵਰਗੇ ਗੋਰੇ ਪੱਟਾਂ ਦਾ ਸਰਾਣਾ ਲਾਈ ਪਿਆ। ਕਿੱਧਰ ਮੂੰਹ ਚੁੱਕਿਆ ਭਾਈ ਬੀਬੀ, ਇਹ ਡੀਆਈ ਸਾਹਿਬ ਦਾ ਘਰ ਹੈ, ਇਹ ਕੋਈ ਸੰਤਾਂ ਦਾ ਡੇਰਾ ਨਹੀਂ। ਵੀਰਾ, ਮੈਨੂੰ ਸਾਹਿਬ ਨਾਲ ਬਹੁਤ ਜ਼ਰੂਰੀ ਕੰਮ ਹੈ। ਦੇਖ, ਮੈਂ ਬਹੁਤ ਦੁੱਖਾਂ ਦੇ ਮਾਰੀ ਆ, ਮੈਨੂੰ ਇੱਕ ਵਾਰੀ ਮਿਲ ਲੈਣ ਦੇ, ਮੈਨੂੰ ਸਾਹਿਬ ਨਾਲ ਬਹੁਤ ਜ਼ਰੂਰੀ ਕੰਮ ਹੈ। ਐਵੇਂ ਮਗਜ ਨਾ ਖਾ ਮੇਰਾ, ਚੁੱਪ ਕਰਕੇ ਇੱਥੇ ਤੁਰਦੀ ਹੋ। ਸਾਹਿਬ ਨੂੰ ਮਿਲੇ ਬਿਨਾਂ ਤਾਂ ਅੱਜ ਮੈਂ ਵੀ ਨਹੀਂ ਜਾਵਾਂਗੀ। ਡੀਆਈਜੀ ਸਾਹਿਬ, ਬਾਹਰ ਆਓ ਡੀਆਈਜੀ ਸਾਹਿਬ, ਇੱਕ ਕਬਲਾ ਤੁਹਾਡੇ ਦਰ ਤੇ ਫਰਿਆਦ ਲੈ ਕੇ ਆਇਆ। ਸਾਹਿਬ ਜੀ, ਸਾਹਿਬ ਜੀ, ਬਾਹਰ ਆਓ ਡੀਆਈਜੀ ਸਾਹਿਬ। ਬਿੰਦਰ ਸਿੰਘ, ਇਹਨੂੰ ਅੰਦਰ ਆਉਣ ਦੇ। ਸਾਹਿਬ ਜੀ, ਮੈਂ ਥਾਣੇਦਾਰ ਹਰਨੇਕ ਸਿੰਘ ਦੀ ਵਿਧਵਾ ਵਾਂ। ਮੇਰਾ ਘਰ ਵਾਲਾ ਤੁਹਾਡੇ ਮਹਿਕਮੇ ਚ ਮੁਜਰਮਾਂ ਦੇ ਖਿਲਾਫ ਲੜਦਾ ਲੜਦਾ ਕਤਲ ਹੋ ਗਿਆ, ਤੇ ਹੁਣ ਮੇਰੀ ਇਹ ਹਾਲਤ ਹੋ ਰਹੀ ਹੈ ਕਿ ਮੈਨੂੰ ਇੰਨਾ ਵੀ ਹੱਕ ਨਹੀਂ ਕਿ ਮੈਂ ਤੁਹਾਡੇ ਸਾਹਮਣੇ ਫਰਿਆਦ ਲੈ ਕੇ ਆ ਸਕਾਂ। ਨਾ ਬੀਬਾ, ਦੇਸ਼ ਤੇ ਕੌਮ ਦੀ ਹਿਫਾਜ਼ਤ ਲਈ, ਡੁੱਲੇ ਹੋਏ ਲਹੂ ਲਈ ਮੈਂ ਤੇਰੇ ਘਰ ਵਾਲੇ ਦੀ ਕਦਰ ਕਰਦਾ। ਤੂੰ ਫਰਿਆਦ ਨਹੀਂ, ਆਪਣਾ ਹੱਕ ਸਮਝ ਕੇ ਦੱਸ ਕਿ ਤੇਰੇ ਤੇ ਕਿਹੜੀ ਪੀੜ ਆਣ ਪਈ ਹੈ ਜਿਹੜੀ ਤੈਨੂੰ ਮੇਰੇ ਘਰ ਤੱਕ ਆਉਣ ਦੀ ਲੋੜ ਪੈ ਗਈ। ਸਾਹਿਬ ਜੀ, ਮੇਰੇ ਬੇਕਸੂਰ ਤੇ ਉਹਨੂੰ ਤੁਹਾਡੇ ਥਾਣੇਦਾਰ ਸੇਵਾ ਸਿੰਘ ਨੇ ਗ੍ਰਿਫਤਾਰ ਕਰ ਲਿਆ ਤੇ ਉਸ ਨੂੰ ਝੂਠੇ ਮੁਕੱਦਮੇ ਵਿੱਚ ਫਸਾਇਆ ਜਾ ਰਿਹਾ। ਸਾਹਿਬ ਜੀ, ਜੇ ਅੱਜ ਵੀ ਤੁਸੀਂ ਕੁਝ ਨਾ ਕੀਤਾ ਤਾਂ ਮੇਰੇ ਪਰਿਵਾਰ ਦੀ ਤਬਾਹੀ ਪੁਲਿਸ ਦੇ ਸਿਰ ਹੋਵੇਗੀ। ਸਾਹਿਬ ਜੀ, ਨਾ ਬੀਬਾ, ਸਾਡਾ ਕੰਮ ਲੋਕਾਂ ਨੂੰ ਤਬਾਹ ਕਰਨਾ ਨਹੀਂ ਬਲਕਿ ਲੋਕਾਂ ਦੀ ਤਬਾਹੀ ਨੂੰ ਰੋਕਣਾ ਹੈ। ਜੇ ਤੇਰਾ ਦਿਓਰ ਬੇਕਸੂਰ ਹੈ ਤਾਂ ਉਹ ਸਹੀ ਸਲਾਮਤ ਕੱਲ ਸਵੇਰ ਤੱਕ ਤੇਰੇ ਘਰ ਪਹੁੰਚ ਜਾਏਗਾ। ਜਾ, ਤੂੰ ਬੇਫਿਕਰ ਹੋ ਕੇ ਆਪਣੇ ਘਰ ਮੁੜ ਜਾ। ਜਾ ਬੀਬਾ। ਬਿੰਦਰ ਸਿੰਘ, ਜਾ ਕੇ ਸੇਵਾ ਸਿੰਘ ਨੂੰ ਸਾਡੇ ਵੱਲੋਂ ਕਹਿ ਦਿਓ ਕਿ ਜੇ ਸੁੱਖਾ ਬੇਕਸੂਰ ਹੈ ਤਾਂ ਉਹਨੂੰ ਸਹੀ ਸਲਾਮਤੋਂ ਦੇ ਘਰ ਪਹੁੰਚਾ ਦਿੱਤਾ ਜਾਏ। ਮੇਰੀ ਕਹਾਣੀ ਵੀ ਤੇਰੇ ਵਾਂਗ ਦੁੱਖਾਂ ਨਾਲ ਭਰੀ ਹੋਈ ਹੈ ਸੁੱਖਿਆ। ਕਦੇ ਸੋਚਿਆ ਸੀ ਕਿ ਡਾਕਟਰ ਬਣਾਂਗਾ ਪਰ ਪਤਾ ਵੀ ਨਹੀਂ ਲੱਗਿਆ ਕਿ ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ ਹੱਥ ਕਦ ਲੋਕਾਂ ਦੀਆਂ ਜਾਨਾਂ ਲੈਣ ਲਈ ਮਜਬੂਰ ਹੋ ਗਏ। ਅੱਜ ਦੀ ਰਾਤ ਇਸ ਕੁੱਤੇ ਥਾਣੇਦਾਰ ਨੇ ਆਪਣੀ ਆਖਰੀ ਰਾਤ ਬਣਾ ਦੇਣੀ ਹੈ ਸੁੱਖਿਆ। ਇਹ ਸਾਨੂੰ ਮਾਰਨ ਵਾਲਾ ਕੌਣ ਹੁੰਦਾ ਹੈ ਜੰਟਿਆ? ਜ਼ਿੰਦਗੀ ਤੇ ਮੌਤ ਤਾਂ ਉਸ ਸੱਚੇ ਪਾਤਸ਼ਾਹ ਦੇ ਹੱਥ ਹੈ।
ਸੁੱਖਿਆ ਤੁਸੀਂ ਦੋਵੇਂ ਮੇਰੇ ਭਰਾ ਵਰਗੇ ਹੋ ਕੁੱਤੇ ਥਾਣੇਦਾਰ ਦੇ ਕਹਿਣ ਤੇ ਤੁਹਾਨੂੰ ਮਾਰ ਕੇ ਮੈਂ ਇਹ ਗਊ ਹੱਤਿਆ ਨਹੀਂ ਕਰ ਸਕਦਾ ਇਸ ਰਾਤ ਦੇ ਹਨੇਰੇ 'ਚ ਤੁਸੀਂ ਦੋਵੇਂ ਨਿਕਲ ਜਾਓ ਜਾਓ ਮੇਰੇ ਵੀਰ ਜਾਓ ਸੁੱਖਿਆ ਸਾਡਾ ਕੋਈ ਕਰਕਾਟ ਨਹੀਂ ਸਾਡੇ ਉੱਪਰ ਅਸਮਾਨ ਦੀ ਨੀਲੀ ਛੱਤ ਤੇ ਸਾਰੀ ਜ਼ਮੀਨ ਸਾਡਾ ਘਰ ਹੈ ਅਸੀਂ ਆਪਣੇ ਤੇ ਹੋਏ ਜ਼ੁਲਮਾਂ ਦਾ ਬਦਲਾ ਲੈ ਕੇ ਆਪਣੇ ਆਪ ਨੂੰ ਕਾਨੂੰਨ ਦੀਆਂ ਨਜ਼ਰਾਂ ਵਿੱਚ ਗੁਨਾਹਗਾਰ ਬਣਾ ਬੈਠੇ ਹਾਂ ਅੱਜ ਤੈਨੂੰ ਵੀ ਹਾਲਾਤਾਂ ਨੇ ਸਾਰੇ ਪਾਸੇ ਤੋਂ ਘੇਰ ਕੇ ਇਸ ਰਾਹ ਵੱਲ ਤੋਰ ਦਿੱਤਾ ਹੁਣ ਫੈਸਲਾ ਤੇਰੇ ਹੱਥ 'ਚ ਸੁੱਖਿਆ ਕਿ ਵਾਪਸ ਜਾ ਕੇ ਬੁਜਦਲੀ ਦੀ ਮੌਤ ਮਰਨਾ ਹੈ ਜਾਂ ਹਥਿਆਰ ਚੁੱਕ ਕੇ ਆਪਣੇ ਦੁਸ਼ਮਣਾਂ ਲਈ ਮੌਤ ਬਣਨਾ ਮੈਂ ਹਥਿਆਰ ਚੁੱਕਾਂਗਾ ਬਲਦੇਵ ਮੈਨੂੰ ਤਬਾਹ ਕਰਨ ਵਾਲਿਆਂ ਦੀ ਜ਼ਿੰਦਗੀ 'ਚ ਅਜਿਹਾ ਤੂਫਾਨ ਮਚਾਵਾਂਗਾ ਕਿ ਉਹਨਾਂ ਨੂੰ ਚਾਰੇ ਪਾਸੇ ਤਬਾਹੀ ਹੀ ਤਬਾਹੀ ਨਜ਼ਰ ਆਵੇਗੀ ਲਓ ਜੀ ਮਿਹਰਬਾਨ ਕਦਰਦਾਨ ਜਰਾ ਪਾਸੇ ਹਟ ਕੇ ਖਾੜਾ ਖੁੱਲਾ ਕਰਕੇ ਬੈਠੋ ਸੱਪ ਤਾਂ ਤੁਸੀਂ ਪਹਿਲਾਂ ਵੀ ਸਤੌਜ ਤੇ ਦਿੜਬੇ ਵਰਗੇ ਪਿੰਡਾਂ 'ਚ ਬੜੇ ਆਰਾਮ ਨਾਲ ਵੱਡੇ ਵੱਡੇ ਪਿੰਡਾਂ 'ਚ ਦੇਖੇ ਹੋਣੇ ਪਰ ਮੇਰੇ ਵਾਲੇ ਸੱਪ ਲੋਕਾਂ ਨਾਲੋਂ ਜੋਗੀਆਂ ਨਾਲੋਂ ਅੱਡ ਕਿਸਮ ਦੇ ਉਹ ਜਿਹੜੀ ਸਾਰਿਆਂ ਤੋਂ ਵੱਡੀ ਪਟਾਰੀ ਹੈ ਉਹਦੇ ਵਿੱਚ ਬੜਾ ਖਤਰਨਾਕ ਰਿਸ਼ਵਤ ਖੋਰ ਪਟਵਾਰੀ ਹੈ ਇਹ ਸੱਪ ਦਾ ਡੰਗਿਆ ਬੰਦਾ ਪਾਣੀ ਵੀ ਨਹੀਂ ਮੰਗਦਾ ਇਹ ਸੱਪ ਆਮ ਤੌਰ ਤੇ ਪਿੰਡਾਂ ਵਾਲੇ ਜੱਟਾਂ ਨੂੰ ਲੰਘਦਾ ਇਹ ਕਿਸੇ ਨੇ ਖੇਤ ਦੀ ਵੱਟ ਇੱਧਰ ਉੱਧਰ ਕਰਵਾਉਣੀ ਹੈ ਜਾਂ ਪੰਚਾਇਤੀ ਜ਼ਮੀਨ ਆਪਣੀ ਜ਼ਮੀਨ 'ਚ ਰਲਾਉਣੀ ਹੈ ਥੋੜਾ ਜਿਹਾ ਪਰਦੇ ਜਾ ਕੇ ਇਹ ਸੱਪ ਨੂੰ ਖੁਰਾਕ ਪਾਓ ਦੂਜੇ ਦਿਨ ਪੰਚਾਇਤੀ ਜ਼ਮੀਨ ਵੱਲ ਆਪਣਾ ਖੇਤ ਵਧਾਓ ਖਾਣ ਪੀਣ ਦੇ ਮਾਮਲੇ 'ਚ ਇਹ ਸਾਰੀਆਂ ਹੱਦਾਂ ਜਾਂਦੇ ਟੱਪ ਲਓ ਲੈ ਜਾਓ ਮੈਥੋਂ ਅੱਜ ਦੇ ਜ਼ਹਿਰੀ ਸੱਪ ਲਓ ਆ ਗਏ ਇੱਥੇ ਅੱਜ ਦੇ ਜ਼ਹਿਰੀ ਸੱਪ ਪਾਸੇ ਅਰਜੋ ਪਾਸੇ ਅਰਜੋ ਪਾਸੇ ਅਰਜੋ ਹੁਣ ਜਿਹੜਾ ਸੱਪ ਮੈਂ ਕੱਢੂੰਗਾ ਉਹ ਬੜੇ ਬੜੇ ਸਟੋਰਾਂ ਦੇ ਵਿੱਚ ਰਹਿੰਦੇ ਨੇ ਇਹ ਸੱਪ ਨੂੰ ਲੋਕ ਪਿਆਰ ਨਾਲ ਫੂਡ ਸਪਲਾਈ ਦਾ ਸੱਪ ਕਹਿੰਦੇ ਨੇ ਇਹ ਸੱਪ ਦੀ ਨਿਸ਼ਾਨੀ ਇਹ ਹੈ ਇਹਦੇ ਮੱਥੇ ਤੇ ਕਾਲੇ ਰੰਗ ਦਾ ਭ੍ਰਿਸ਼ਟਾਚਾਰੀ ਦਾ ਦਾਗ ਹੈ ਇਹ ਕੋਈ ਲੱਲੂ ਪੰਜੂ ਸੱਪ ਨਹੀਂ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਨਾਗ ਹੈ ਖਾਣ ਵਾਸਤੇ ਕਣਕ ਤੇ ਝੋਨੇ ਦੀਆਂ ਬੋਰੀਆਂ ਦੀ ਮੰਗ ਕਰਦਾ ਹੈ ਪਰ ਸਭ ਤੋਂ ਜ਼ਿਆਦਾ ਇਹ ਸੱਪ ਆੜਤੀਆਂ ਨੂੰ ਤੰਗ ਕਰਦਾ ਹੈ ਆੜਤੀ ਕਿਹੜਾ ਘੱਟ ਨੇ ਇਹਦੀ ਖੁਰਾਕ ਬਾਰੇ ਭਲੀ ਭਾਂਤੀ ਜਾਣਦੇ ਨੇ ਪਹਿਲਾਂ ਇਹਦਾ ਕੋਟਾ ਪੂਰਾ ਕਰਦੇ ਨੇ ਫਿਰ ਸਾਰਾ ਸੀਜ਼ਨ ਮੌਜਾਂ ਮਾਣਦੇ ਨੇ ਇਹ ਸੱਪ ਨੂੰ ਗੁੱਸਾ ਆ ਜੇ ਤਾਂ ਸਮਝ ਲਓ ਅਨਾਜ ਮੰਡੀਆਂ 'ਚ ਪੈ ਗਈ ਖੱਪ ਲਓ ਲੈ ਜਾਓ ਮੈਥੋਂ ਅੱਜ ਦੇ ਜ਼ਹਿਰੀ ਸੱਪ ਲਓ ਆ ਗਏ ਇੱਥੇ ਅੱਜ ਦੇ ਜ਼ਹਿਰੀ ਸੱਪ ਪਾਸੇ ਅਰਜੋ ਭੱਜ ਕੇ ਆ ਖਾਕੀ ਰੰਗ ਦੇ ਸੱਪਾਂ ਬਾਰੇ ਕੁਝ ਕਹਿਣ ਦੀ ਲੋੜ ਨਹੀਂ ਕਿਉਂਕਿ ਇਹਨਾਂ ਸੱਪਾਂ ਵਰਗਾ ਸੱਪ ਇੱਥੇ ਕੋਈ ਹੋਰ ਨਹੀਂ ਬਾਕੀ ਆ PWD ਵਾਲਾ ਸੱਪ ਕਰ ਦਿੰਦਾ ਰਹਿੰਦੀਆਂ ਖੁੰਦੀਆਂ ਰੜਕਾਂ ਕਿਉਂਕਿ ਇਹ ਬੜੇ ਆਰਾਮ ਨਾਲ ਖਾ ਜਾਂਦਾ ਪੱਥਰ ਦੀਆਂ ਬਣੀਆਂ ਹੋਈਆਂ ਸੜਕਾਂ ਲੁੱਟਣਾ ਤੂੰ ਕਿੱਥੇ ਫਿਰਦਾ ਹੈ ਇਹ ਤਾਂ ਵੱਡੇ ਵੱਡੇ ਪੁਲ ਵੀ ਜਾਂਦੇ ਨੇ ਹੜੱਪ ਲਓ ਲੈ ਜਾਓ ਮੈਥੋਂ ਅੱਜ ਦੇ ਜ਼ਹਿਰੀ ਸੱਪ ਲਓ ਆ ਗਏ ਇੱਥੇ ਅੱਜ ਦੇ ਜ਼ਹਿਰੀ ਸੱਪ ਵਾਹਿਗੁਰੂ ਤੇ ਭਰੋਸਾ ਰੱਖ ਉਹ ਉੱਪਰ ਵਾਲਾ ਹਮੇਸ਼ਾ ਤੇਰੇ ਅੰਗ ਸੰਗ ਹੈ ਇੰਨਾ ਤਾਂ ਮੈਨੂੰ ਵੀ ਰੱਬ ਤੇ ਯਕੀਨ ਹੈ ਲਾਲੀ ਕਿ ਜਦ ਤੱਕ ਉਹਨਾਂ ਸੱਪਾਂ ਦੀਆਂ ਸਿਰੀਆਂ ਨੂੰ ਮੈਂ ਫੇਰ ਨਹੀਂ ਦਿੰਦਾ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਨੂੰ ਜ਼ਹਿਰ ਨਾਲ ਭਰ ਦਿੱਤਾ ਮੈਨੂੰ ਮੌਤ ਨਹੀਂ ਆ ਸਕਦੀ ਮਰਨਾ ਤਾਂ ਹੁਣ ਉਹਨਾਂ ਨੇ ਕਿਉਂਕਿ ਮੌਤ ਹੁਣ ਉਹਨਾਂ ਦੇ ਦਰਵਾਜ਼ੇ ਤੱਕ ਪਹੁੰਚ ਚੁੱਕੀ ਹੈ ਉਹ ਕੀ ਹੋ ਗਿਆ ਮਾਮਾ ਆ ਗਈ ਮਾਮਾ ਤੇਰੇ ਮਾਮੇ ਦੀ ਮੌਤ ਆ ਗਈ ਉਹ ਬਾਹਰ ਦਰਵਾਜ਼ੇ ਤੇ ਇਸ਼ਤਿਹਾਰ ਲਿਖ ਕੇ ਲਾ ਗਏ ਮੇਰੀ
ਉਹ ਭੋਲੇ ਨਾ ਜ਼ਰਾ ਆਰਾਮ ਨਾਲ ਗੱਲ ਕਰ, ਏਦਾਂ ਤੇਰੀ ਮੌਤ ਕਿਵੇਂ ਆਜੂ? ਓਏ ਤਾਂ ਆ ਗਈ, ਉਹਨੂੰ ਨਹੀਂ ਕੋਈ ਰੋਕ ਸਕਦਾ। ਓਏ ਸੁਖਿਆ, ਉਹ ਪਹਿਲਾਂ ਮੇਰਾ ਹੀ ਨੰਬਰ ਲਾਉਣਾ ਸੀ, ਉਹ ਪਹਿਲਾਂ ਸਹੁਰੇ ਦਾ ਅੱਗ ਵਿੱਚ ਥਾਣੇਦਾਰ ਦਾ ਨੰਬਰ ਲਾ ਲੈਂਦਾ। ਉਹ ਮੇਰਾ ਕੀ ਸੀ, ਮੈਂ ਤਾਂ ਕਮਜ਼ੋਰ ਦਿਲ ਦਾ ਬੰਦਾ, ਮੈਂ ਤਾਂ ਗੋਲੀਆਂ ਦੀ ਆਵਾਜ਼ ਸੁਣ ਕੇ ਮਰ ਜਾਣਾ ਸੀਗਾ। ਮੈਂ ਤਾਂ ਚੁੱਪ ਕਰ ਜੂ, ਪਰ ਸੁੱਕੇ ਨੇ ਨਹੀਂ ਜੇ ਹੁਣ ਚੁੱਪ ਕਰਨਾ, ਵਾਰੀ ਤੁਹਾਡੀ ਵੀ ਆਈ। ਲੋ ਉਹ ਮੇਰੇ ਫੁੱਲ ਤਾਂ ਗੰਗਾ ਜੀ ਤੁਸੀਂ ਪਾਓਗੇ, ਤੁਹਾਡੇ ਕੌਣ ਪਾਊ? ਉਹ ਭੋਲੇ ਨਾਥ ਜੀ, ਕਿਹੜਾ ਓਏ, ਕਿਹਦੇ ਫੁੱਲ ਪਾਈ ਜਾਂਦੇ ਹੋ? ਓਏ ਫਿਲਹਾਲ ਤਾਂ ਮੇਰੇ ਹੀ ਜਾ ਰਿਹਾ, ਪਰ ਤਿਆਰੀ ਤੂੰ ਵੀ ਕਰ ਲੈ ਥਾਣੇਦਾਰਾ। ਪਰ ਜਾਣ ਤੋਂ ਪਹਿਲਾਂ ਕਿਸੇ ਪੰਡਿਤ ਨੂੰ ਕਹਿ ਕੇ ਆਪਣਾ ਸ਼ਰਾਧ ਕਰਾ ਲਈ, ਅੱਜ ਤਾਂ ਤੇਰਾ ਕਿਸੇ ਨੇ ਕਰਨਾ ਨਹੀਂ। ਓਏ ਆਪਣਾ ਬੇੜਾ ਡੁੱਬਣ ਹੀ ਵਾਲਾ, ਡੁੱਬੂਗਾ ਵੀ ਕਿਤੇ ਗੰਦੇ ਚੱਪੜ ਚ। ਆ ਚੁੱਪ ਹੀ ਕਰ ਭੋਲੇ ਨਾਥ। ਥਾਣੇਦਾਰਾ ਜੀ, ਸੁੱਖੇ ਨੂੰ ਖਤਮ ਕਰਨ ਲਈ ਕੀ ਕੀਤਾ ਜੀ? ਮੈਂ ਉਹਨੂੰ ਜਿਉਂਦਾ ਜਾਂ ਮੁਰਦਾ ਛੇਤੀ ਗ੍ਰਿਫਤਾਰ ਕਰ ਲਵਾਂਗਾ। ਨਾਲੇ ਜਨਾਬ, ਹੁਣ ਤੁਸੀਂ ਸੁੱਖੇ ਦਾ ਵਕਤ ਖਤਮ ਹੋਇਆ ਹੀ ਸਮਝੋ। ਅਸੀਂ ਕਦੇ ਵਕਤ ਦਾ ਇੰਤਜ਼ਾਰ ਨਹੀਂ ਕੀਤਾ, ਸਗੋਂ ਹਮੇਸ਼ਾ ਵਕਤ ਤੋਂ ਦੋ ਕਦਮ ਅੱਗੇ ਰਹੇ ਹਾਂ। ਇਸੇ ਲਈ ਅਸੀਂ ਇੰਨੀ ਉੱਚੀ ਜਗ੍ਹਾ ਤੇ ਖੜੇ ਹਾਂ। ਸਾਡੀ ਰਾਹ ਦੇ ਜਿਸ ਵੀ ਰੋੜੇ ਨੇ ਪਹਾੜ ਬਣਨ ਦੀ ਕੋਸ਼ਿਸ਼ ਕੀਤੀ, ਅਸੀਂ ਹੁਣ ਠੁੱਡਾ ਮਾਰ ਕੇ ਅੱਗੇ ਲੰਘੇ। ਥਾਣੇਦਾਰਾ, ਸੁੱਖੇ ਨੂੰ ਐਸੀ ਠੋਕਰ ਮਾਰ ਕਿ ਉਹਦੀ ਰੂਹ ਨੂੰ ਕਾਂਬਾ ਚੜ ਜਾਵੇ। ਸ਼ੇਰ ਦਾ ਸ਼ਿਕਾਰ ਕਰਨਾ ਹੋਵੇ ਤਾਂ ਜੰਗਲਾਂ 'ਚ ਜਾਈਦਾ, ਪਿੰਡਾਂ ਦੀਆਂ ਗਲੀਆਂ 'ਚ ਕਦੀ ਸ਼ੇਰ ਨਹੀਂ ਪਾਲੀਦੇ। ਨਹੀਂ, ਮੈਂ ਤੇਰੇ ਵੱਡੇ ਸ਼ੇਰ ਨੂੰ ਪਾਲ ਵੀ ਲੈਣਾ ਤੇ ਉਹਦਾ ਸ਼ਿਕਾਰ ਵੀ ਕਰ ਲੈਣਾ। ਉਹਨੂੰ ਇੱਕ ਵਾਰੀ ਬਾਹਰ ਤੇ ਕੱਢ, ਹੁਣ ਕਿਹੜੀ ਮਾਂ ਦੀ ਬੁੱਕਲ ਵਿੱਚ ਲੁਕਿਆ ਬੈਠਾ ਤੇਰਾ ਵੱਡਾ ਸ਼ੇਰ? ਚਲੋ ਰਾਸ਼ੀ ਲਓ। ਜਿਹੜਾ ਲੁਕ ਜਾਵੇ ਉਹਨੂੰ ਸ਼ੇਰ ਨਹੀਂ ਕਹਿੰਦੇ ਥਾਣੇਦਾਰਾ। ਜੇ ਅੱਜ ਉਹ ਇੱਥੇ ਹੁੰਦਾ, ਤੇਰੀ ਇਸ ਕੱਲ ਤੱਕ ਹੀ ਇਸ ਪਿੰਡ 'ਚ ਵੜਨ ਦੀ ਹਿੰਮਤ ਨਹੀਂ ਸੀ ਹੋਣੀ। ਸੁੱਖਾ ਜਿਹੜੇ ਰਾਹ ਲੰਘ ਜਾਵੇ, ਤੂੰ ਤਾਂ ਉਸਦਾ ਪੈਰ ਨਹੀਂ ਪਾਉਂਦਾ। ਉਸਦੇ ਘਰ ਆ ਕੇ ਉਸਨੂੰ ਗ੍ਰਿਫਤਾਰ ਕਰਨਾ ਤਾਂ ਬਹੁਤ ਦੂਰ ਦੀ ਗੱਲ। ਵੀ ਉਹਨੂੰ ਤਾਂ ਮੈਂ ਜਦੋਂ ਗ੍ਰਿਫਤਾਰ ਕਰੂੰਗਾ ਦੇਖੀ ਜਾਊਗੀ, ਪਰ ਅੱਜ ਦੀ ਰਾਤ ਤੈਨੂੰ ਜ਼ਰੂਰ ਥਾਣੇ ਰਹਿਣਾ ਪਊਗਾ। ਮੈਂ ਦੇਖੂਗਾ ਕਿ ਤੈਨੂੰ ਕਿਵੇਂ ਛਡਾਉਂਦਾ ਤੇਰਾ ਸਜਣਾ ਯਾਰ ਸੁੱਖਾ। ਓਏ, ਇਹਨੂੰ ਰਨ ਨੂੰ ਥਾਣੇ ਲੈ ਚੱਲੋ। ਇਹਨੂੰ ਪਤਾ ਲੱਗੇ, ਇਹਨੂੰ ਪਤਾ ਤਾਂ ਲੱਗੇ ਕਿ ਥਾਣੇਦਾਰ ਸੇਵਾ ਸਿੰਘ ਕਿਸ ਬਲਾ ਦਾ ਨਾਂ ਹੈ। ਲੈ ਚਲੋ। ਮੈਨੂੰ ਕੁੱਤਿਆ ਕਮੀਨਿਓ, ਛੱਡੋ। ਰੁਕ ਜਾ ਥਾਣੇਦਾਰਾ, ਰੁਕ ਜਾ। ਕੁਝ ਤੇ ਰੱਬ ਦਾ ਖੌਫ ਖਾ ਤੇ ਕੁਝ ਮੇਰੇ ਪੁੱਤ ਦਾ। ਤੇਰੇ ਇਹਨਾਂ ਜ਼ੁਲਮਾਂ ਨੂੰ ਤੱਕ ਕੇ ਰੱਬ ਨੇ ਤੇਰੀ ਮੌਤ ਦਾ ਦਿਨ ਪੱਕਾ ਕਰ ਦੇਣਾ ਤੇ ਮੇਰੇ ਪੁੱਤ ਨੇ ਤੇਰੀ ਮੌਤ ਬਣ ਕੇ ਤੇਰੇ ਸਾਹਮਣੇ ਆ ਖੜਨਾ। ਚੱਕ ਕੇ ਸੁੱਟ ਲੈ ਇਸ ਬੜੇ ਨੂੰ ਵੀ ਜੀਵ ਦੇ ਵਿੱਚ। ਓ ਛੱਡ ਦਿਓ ਮੈਨੂੰ, ਮੈਂ ਕਹਿੰਦਾ ਛੱਡ ਦਿਓ ਮੈਨੂੰ। ਮੈਂ ਛੱਡ ਜਾ ਇਹਦੇ ਰੱਬ ਨੂੰ ਤੇ ਇਹਦੇ ਪੁੱਤ ਨੂੰ ਦਿਖਾ ਦਊਂਗਾ ਕਿ ਜਦੋਂ ਸੇਵਾ ਸਿੰਘ ਆਈ ਤੇ ਆਉਂਦਾ ਤੇ ਖੌਫ ਵੀ ਉਹਦੇ ਕੋਲੋਂ ਖੌਫ ਖਾਂਦਾ। ਲੁੱਡਣਾ, ਥਾਣੇਦਾਰ ਬਾਪੂ ਦੇ ਭਾਬੀ ਦਾ ਕੁਛ ਨਹੀਂ ਵਿਗਾੜ ਸਕਦਾ। ਜਦ ਵੀ ਜ਼ਾਲਿਮ ਬੇਬਸ ਹੁੰਦਾ ਹੈ, ਉਹ ਮਜ਼ਲੂਮ ਆ ਤੇ ਹੱਥ ਚੁੱਕਦਾ ਹੈ। ਪਰ ਇਤਿਹਾਸ ਗਵਾਹ ਹੈ ਕਿ ਇਸ ਪੰਜਾਂ ਦਰਿਆਵਾਂ ਦੀ ਧਰਤੀ ਤੇ ਜਦ ਵੀ ਕਿਸੇ ਜ਼ਾਲਿਮ ਨੇ ਕਿਸੇ ਮਜ਼ਲੂਮ ਤੇ ਹੱਥ ਚੁੱਕਿਆ ਹੈ, ਉਹਦੇ ਖਿਲਾਫ ਇੱਕ ਤਲਵਾਰ ਉੱਠੀ ਹੈ ਜਿਸ ਨੇ ਉਸ ਜ਼ਾਲਿਮ ਦਾ ਸਭ ਕੁਝ ਤਬਾਹ ਕਰ ਦਿੱਤਾ ਹੈ। ਇਸ ਜ਼ੁਲਮ ਦੇ ਖਿਲਾਫ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇੱਕ ਵਾਰ ਤਲਵਾਰ ਚੁੱਕੀ ਸੀ ਤੇ ਕਿਹਾ ਸੀ, ਚੂੰ ਕਾਰ ਅਜ਼ ਹਮਾਂ ਹੀਲ ਦਸਤ ਹਲਾਲ ਅਸਤ ਗੁਰਦਨ ਬਾ ਸ਼ਮਸ਼ੀਰ ਦਸਤ। ਲੁੱਡਣਾ, ਤੂੰ ਘਰ ਜਾ, ਸ਼ਾਮ ਤੱਕ ਬਾਪੂ ਤੇ ਭਾਬੀ ਘਰ ਆ ਜਾਣਗੇ। ਕਿਉਂ ਬੁੜਿਆ, ਦੇਖੇ ਸੇਵਾ ਸਿੰਘ ਦੇ ਹੱਥ? ਹਾਲੇ ਤਾਂ ਇਹ ਮੇਰੀ ਸ਼ੁਰੂਆਤ ਹੀ ਹੈ, ਮੈਂ ਤੇਰੇ
ਤੇ ਤੇਰੀ ਨੂੰਹ ਦੇ ਜਿਸਮ ਦੇ ਉੱਤੇ ਜ਼ੁਲਮ ਦੀ ਉਹ ਕਹਾਣੀ ਲਿਖਾਂਗਾ ਕਿ ਤੇਰਾ ਪੁੱਤਰ ਸੁੱਖਾ ਪੜ ਕੇ ਜ਼ਿੰਦਗੀ ਪਰ ਰਹੂਗਾ। ਓਏ ਥਾਣੇਦਾਰਾ, ਓਏ ਤੂੰ ਤਾਂ ਹਾਲੇ ਜ਼ੁਲਮ ਦੀ ਪੜਾਈ ਦਾ ਊੜਾ ਐੜਾ ਵੀ ਨਹੀਂ ਸਿੱਖਿਆ। ਓਏ ਪਹਿਲੇ ਤੋੜਦੀ ਸ਼ਰਾਬ ਵਰਗੀ ਇਸ ਰੰਗ ਤੇ ਡੰਡੇ ਵਰਾਉਣ ਦਾ ਕੀ ਫਾਇਦਾ? ਓਏ ਮੈਂ ਤਾਂ ਇਹਦੇ ਤੇ ਇਹੋ ਜਿਹਾ ਜ਼ੁਲਮ ਕਰੂੰਗਾ, ਇਹ ਮੁੜ ਕੇ ਕਿਸੇ ਨੂੰ ਮੂੰਹ ਖਾਣ ਜੋਗੀ ਨਹੀਂ ਰਹੂਗੀ। ਆਪਣੇ ਗੰਦੇ ਹੱਥ ਮੇਰੀ ਧੀ ਕੋਲੋਂ ਦੂਰ ਰੱਖ ਕੁੱਤਿਆ। ਕੁੱਤਾ ਮੈਂ ਹੀ ਨਹੀਂ, ਅਸੀਂ ਸਾਰੇ ਕੁੱਤੇ ਆ ਤੇ ਕੁੱਤਿਆਂ ਨੂੰ ਨਰਮ ਮਾਸ ਬਹੁਤ ਪਸੰਦ ਹੁੰਦਾ। ਪਰ ਤੁਹਾਨੂੰ ਇੱਕ ਸ਼ਰਤ ਤੇ ਛੱਡਿਆ ਜਾ ਸਕਦਾ ਬੁੜਿਆ, ਜੇ ਤੂੰ ਸੁੱਖੇ ਦਾ ਪਤਾ ਦੱਸ ਦੇਵੇਂ। ਕੁੱਤੇ ਜਦ ਪਾਗਲ ਹੋ ਜਾਣ ਤਾਂ ਸ਼ੇਰ ਦਾ ਪਤਾ ਪੁੱਛਦੇ ਨੇ ਕਮੀਨਿਆ। ਕੁੱਤੇ ਜਦ ਪਾਗਲ ਹੋ ਜਾਣ ਤਾਂ ਉਹ ਚੀਰ ਫਾੜ ਕਰਨਾ ਵੀ ਜਾਣਦੇ ਨੇ। ਹੈਲੋ, ਆਪਣੀ ਮੌਤ ਦੀ ਆਵਾਜ਼ ਤਾਂ ਤੂੰ ਪਛਾਣ ਹੀ ਲਈ ਹੋਣੀ ਹੈ ਕੁੱਤਿਆ ਥਾਣੇਦਾਰਾ। ਸੁੱਖਿਆ, ਜੇ ਆਪਣੇ ਪਿਓ ਤੇ ਆਪਣੀ ਪਰਜਾਈ ਦੀ ਜ਼ਿੰਦਗੀ ਚਾਹੁੰਦਾ ਤਾਂ ਆਪਣੇ ਹੱਥਾਂ ਦੇ ਨਾਲ ਆਪਣੇ ਗਲ 'ਚ ਪਟਾ ਪਾ ਕੇ ਮੇਰੇ ਸਾਹਮਣੇ ਪੇਸ਼ ਹੋ ਜਾ। ਚੱਲ ਬੋਲ। ਸ਼ਾਨੂ, ਪਛਾਣੋ ਸਰਦਾਰ ਜੀ। ਉਰੇ ਨਾਥ ਜੀ, ਫਿਲਹਾਲ ਇਹਨਾਂ ਨੂੰ ਛੱਡਣਾ ਪੈਣਾ। ਸੁੱਖਿਆ, ਅੱਜ ਤੇ ਤੂੰ ਸਾਨੂੰ ਛੁੜਾ ਲਿਆ ਹੈ ਪੁੱਤਰਾ, ਪਰ ਕਦ ਤੱਕ ਅਸੀਂ ਇਸ ਤਰ੍ਹਾਂ ਬੇਇੱਜ਼ਤ ਹੁੰਦੇ ਰਹਾਂਗੇ? ਕਦ ਤੱਕ ਮੇਰੀ ਪੱਗ ਥਾਣਿਆਂ 'ਚ ਰੁਲਦੀ ਰਹੇਗੀ? ਦੱਸ ਮੇਰੇ ਪੁੱਤਰਾ, ਦੱਸ। ਸੁੱਖਿਆ, ਮੇਰੇ ਛੋਟੇ ਵੀ, ਤੇਰਾ ਭਰਾ ਤਾਂ ਸਾਨੂੰ ਛੱਡ ਕੇ ਚਲਾ ਗਿਆ, ਹੁਣ ਤੂੰ ਤਾਂ ਸਾਨੂੰ ਇਹਨਾਂ ਵਿਖੜੇ ਪਿੰਡਾਂ ਤੇ ਇਕੱਲਿਆਂ ਨਾਲ ਛੱਡ। ਕੁਛ ਲਾਲੇ ਬਾਰੇ ਸੋਚ, ਉਹ ਕਦ ਤੱਕ ਤੇਰੀਆਂ ਰਾਹਾਂ ਵਿੱਚ ਖੜੀ ਰਹੇਗੀ? ਆਪਣੀ ਜਵਾਨੀ ਬਾਰੇ ਸੋਚ, ਤੇਰੀ ਖੰਡ ਹੰਡਾਣ ਦੀ ਉਮਰ, ਤੂੰ ਕਦ ਤੱਕ ਰਾਤਾਂ ਨੂੰ ਇਸ ਤਰ੍ਹਾਂ ਪਟਕਦਾ ਰਹੇਗਾ? ਸੁੱਖਿਆ, ਕਦ ਤੱਕ? ਸੁੱਖਿਆ, ਨਹੀਂ ਭਾਬੀ, ਨਹੀਂ। ਮੇਰੀ ਛਾਤੀ ਅੰਦਰ ਮੇਰੇ ਬਾਈ ਦਾ ਸਿਵਾ ਬਣਦਾ ਹੈ, ਤੇ ਠੰਡਾ ਤਦੇ ਹੋ ਸਕਦਾ ਹੈ ਜਦ ਮੈਂ ਉਹਨਾਂ ਕਾਤਲਾਂ ਦੇ ਸਿਵੇ ਬਾਲਾ। ਭਾਬੀ, ਮੈਨੂੰ ਤੇਰੀ ਇਸ ਚੁੰਨੀ ਦੀ ਸਹੁੰ ਹੈ, ਜਿਨ੍ਹਾਂ ਨੇ ਇਸ ਤੇ ਰੰਗ ਖੋ ਲਏ ਨੇ। ਰੰਗ ਉਹਨਾਂ ਦੀ ਜ਼ਿੰਦਗੀ 'ਚ ਮੈਂ ਵੀ ਕੋਈ ਨਹੀਂ ਰਹਿਣ ਦੇਣਾ। ਭਾਬੀ, ਤੂੰ ਹਰ ਰੋਜ਼ ਗੁਰਦੁਆਰੇ ਜਾਨੀ ਹੈ, ਯਾਦ ਕਰ ਉਹਨਾਂ ਮਾਵਾਂ ਦੀਆਂ ਕੁਰਬਾਨੀਆਂ ਨੂੰ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਹਾਰ ਬਣਵਾ ਆਪਣੇ ਗਲਾਂ 'ਚ ਪਵਾ ਲਏ ਸੀ, ਤੇ ਇਹਨਾਂ ਕੁਰਬਾਨੀਆਂ ਨੂੰ ਆਪਣੇ ਧਿਆਨ 'ਚ ਰੱਖ, ਆਪਣੇ ਦਿਲ ਨੂੰ ਇੰਨਾ ਹੌਸਲਾ ਦੇ ਕਿ ਮੇਰੇ ਵੱਲ ਤੱਕ ਕੇ ਤੇਰੀਆਂ ਅੱਖਾਂ 'ਚ ਹੰਝੂ ਨਾ ਆਉਣ। ਬਸ ਸੁੱਖਿਆ, ਬਸ, ਅੱਜ ਤੋਂ ਬਾਅਦ ਤੂੰ ਆਪਣੀ ਭਾਬੀ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਵੇਖੇਗਾ। ਮੈਂ ਇੰਤਜ਼ਾਰ ਕਰਾਂਗੀ ਉਸ ਦਿਨ ਦਾ, ਤੇ ਘਿਓ ਦੇ ਦੀਵੇ ਬਾਲਾਂਗੀ ਜਿਸ ਦਿਨ ਤੂੰ ਆਪਣੇ ਭਰਾ ਤੇ ਮੇਰੇ ਸਿਰ ਦੇ ਸਾਈਂ ਦੇ ਕਾਤਲਾਂ ਨੂੰ ਸ਼ਰੇਆਮ ਸਜ਼ਾ ਦੇਵੇਂਗਾ। ਬਾਪੂ, ਅੱਜ ਤੈਨੂੰ ਕੀ ਹੋ ਗਿਆ? ਤੇਰੇ ਮੋਢਿਆਂ ਨੇ ਤਾਂ ਆਪਣੇ ਪੁੱਤ ਦੀ ਅਰਥੀ ਚੁੱਕੀ ਹੈ, ਜਿਸ ਤੋਂ ਭਾਰਾ ਬੋਝ ਇਸ ਦੁਨੀਆਂ 'ਚ ਕੋਈ ਨਹੀਂ। ਆਪਣੇ ਦਿਲ ਨੂੰ ਮਜ਼ਬੂਤ ਕਰ ਲੈ ਬਾਪੂ, ਤਾਂ ਕਿ ਇਸ ਹੱਕ ਦੀ ਜੰਗ ਲੜਦਿਆਂ ਤੇਰੇ ਬਾਰੇ ਸੋਚ ਮੈਂ ਕਿਤੇ ਕਮਜ਼ੋਰ ਨਾ ਪੈ ਜਾਵਾਂ। ਜਾ ਪੁੱਤਰ, ਜਾ, ਤੇਰੇ ਪਿਓ ਦਾ ਆਸ਼ੀਰਵਾਦ ਹਮੇਸ਼ਾ ਤੇਰੇ ਨਾਲ ਹੈ, ਹੁਣ ਤੂੰ ਆਪਣੇ ਹੱਕ ਦੀ ਜੰਗ ਜਿੱਤ ਕੇ ਹੀ ਵਾਪਸ ਪਰਤੀ। ਹੇ ਮੇਰੇ ਵਾਹਿਗੁਰੂ,
ਮੇਰੇ ਬੱਚੇ ਦੇ ਸਿਰ ਤੇ ਹੱਥ ਰੱਖੀ। ਚੱਲ ਬਾਹਰ ਨਿਕਲ, ਤੈਨੂੰ ਬੁਲਾਉਂਦੇ ਆ, ਲੈ ਜਾਓ ਭਾਜੀ। ਇਹ ਨੀ, ਤੂੰ ਬਾਹਰ ਨਿਕਲ। ਮਾਫ ਕਰਨਾ ਭਾਜੀ, ਮੈਂ ਪਛਾਣਿਆ ਨੀ ਤੁਹਾਨੂੰ। ਓਏ ਤੈਨੂੰ ਦੱਸਦੇ ਆ, ਅਸੀਂ ਕੌਣ ਆ? ਤੇਰੀ ਮੌਤ ਆਈ ਆ। ਨਾ ਮੈਨੂੰ ਨਾ ਮਾਰਿਓ, ਮੈਨੂੰ ਨਾ ਮਾਰਿਓ, ਮੈਨੂੰ ਮਾਰ ਕੇ ਤੁਹਾਨੂੰ ਕੀ ਮਿਲਣਾ? ਮੈਂ ਤੁਹਾਨੂੰ ਕਾਰਪੋਰੇਸ਼ਨਾਂ ਦਾ ਚੇਅਰਮੈਨ ਲਵਾ ਦੂੰਗਾ, ਮੈਂ ਤੁਹਾਨੂੰ ਥਾਣੇਦਾਰ ਬਣਵਾ ਦੂੰਗਾ। ਬੱਕ ਨਾ ਓਏ, ਤੁਸੀਂ ਮੈਨੂੰ ਸੱਚੀ ਮੁੱਚੀ ਮਾਰ ਦਿਓਗੇ? ਆਹੋ, ਫੇਰ ਇੱਕ ਕੰਮ ਕਰੋ, ਮੈਨੂੰ ਮਾਰ ਕੇ ਦਰਿਆ 'ਚ ਸੁੱਟਿਓ। ਕਿਉਂ? ਇੱਕ ਵਾਰੀ ਤਾਂ ਬੁੱਲ ਗਿੱਲੇ ਕਰ ਲਵਾਂ। ਲੈ ਜਵਾਲਿਆ, ਮੇਰੇ ਹਥਿਆਰ ਫੜ, ਮੈਂ ਜਾ ਰਿਹਾ ਗੁਰਦੁਆਰੇ ਮੱਥਾ ਟੇਕਣ। ਭਾਈ ਸੁਖਿਆ, ਹਥਿਆਰ ਤਾਂ ਹਮੇਸ਼ਾ ਨਾਲ ਰੱਖਣੇ ਚਾਹੀਦੇ ਨੇ, ਰੱਬ ਨਾ ਕਰੇ ਕੋਈ ਗੱਲ ਹੋ ਜੇ। ਨਹੀਂ ਜਵਾਲਿਆ, ਮੈਂ ਰੱਬ ਦੇ ਘਰ ਜਾ ਰਿਹਾ, ਜੇ ਉੱਥੇ ਵੀ ਮੌਤ ਦਾ ਖੌਫ ਰਿਹਾ ਤਾਂ ਫਿਰ ਗੁਰਦੁਆਰਿਆਂ ਤੇ ਮੰਦਰਾਂ ਤੇ ਵਿਸ਼ਵਾਸ ਕਰਨ ਦੀ ਕੋਈ ਲੋੜ ਨਹੀਂ। ਮੈਂ ਤਾਂ ਉੱਥੇ ਉਹ ਸ਼ਕਤੀ ਲੈਣ ਜਾ ਰਿਹਾ ਜਿਸ ਨਾਲ ਮੈਂ ਆਪਣੇ ਬਾਕੀ ਦੇ ਦੁਸ਼ਮਣਾਂ ਦੀ ਖਤਮ ਕਰ ਦਿਆਂ। ਦੋ ਬੜੀਆਂ ਕੀਮਤੀ ਜਿੰਦਾ, ਦੋ ਬੜੀਆਂ ਕੀਮਤੀ
ਵਾਹ ਭੋਲੇ ਨਾਥ ਨੂੰ ਮਰਿਆ ਚਾਰ ਦਿਨ ਹੋ ਗਏ ਤੇ ਤੂੰ ਹਾਲੇ ਤੱਕ ਚੁੱਪ ਬੈਠਾ। ਤੂੰ ਮੇਰਾ ਪੁੱਤਰ ਹੈ, ਮੰਤਰੀ ਬਲਵੰਤ ਸਿੰਘ ਦਾ ਪੁੱਤਰ। ਕੱਲ ਨੂੰ ਤੂੰ ਮੇਰੀ ਜਗ੍ਹਾ ਬੈਠ, ਲੋਕਾਂ ਨੂੰ ਬੇਵਕੂਫ ਬਣਾ ਕੇ ਉਹਨਾਂ ਤੇ ਰਾਜ ਕਰਨਾ। ਇਸ ਲਈ ਤੈਨੂੰ ਉਹ ਸਾਰੀਆਂ ਲੋਂਬੜ ਚਾਲਾਂ ਸਿੱਖਣੀਆਂ ਪੈਣੀਆਂ ਜਿਨ੍ਹਾਂ ਨਾਲ ਮੈਂ ਇੱਥੋਂ ਤੱਕ ਪਹੁੰਚਿਆ। ਪੁੱਤਰਾ, ਸਿਆਸਤ ਦਾ ਇੱਕ ਅਸੂਲ ਹੈ ਕਿ ਆਪਣੇ ਆਪ ਨੂੰ ਬਚਾਉਣ ਲਈ ਜੇ ਕੁਝ ਬੇਕਸੂਰ ਜਾਨਾਂ ਲੈ ਲਈਆਂ ਜਾਣ ਤਾਂ ਉਹ ਜਾਇਜ਼ ਹੈ। ਤੁਸੀਂ ਹੁਕਮ ਤੇ ਕਰੋ ਡੈਡ, ਕਿਸ ਦੀ ਜਾਨ ਲੈਣੀ ਹੈ? ਤੂੰ ਕਿਸੇ ਦੀ ਜਾਨ ਨਹੀਂ ਲੈਣੀ ਪੁੱਤਰਾ, ਤੂੰ ਤੇ ਇੱਕ ਬੰਦੇ ਦੀ ਕੀਮਤ ਲਾਉਣੀ ਹੈ। ਸੁੱਖੇ ਦਾ ਇੱਕ ਬੰਦਾ ਖਰੀਦਣਾ ਹੈ ਜਿਸ ਦੇ ਨਾਲ ਆਪਣੇ ਕੁਝ ਬੰਦੇ ਮਿਲਾ ਕੇ ਇਸ ਇਲਾਕੇ ਵਿੱਚ ਇੰਨੀ ਦਹਿਸ਼ਤ ਫੈਲਾ ਦਿਓ ਕਿ ਲੋਕ ਸੁੱਖੇ ਦੇ ਨਾਂ ਨੂੰ ਵੀ ਨਫ਼ਰਤ ਕਰਨ ਲੱਗ ਪੈਣ। ਇਹ ਕਾਲੇ ਕੱਛਿਆਂ ਨੇ ਬਹੁਤ ਦੁਖੀ ਕੀਤਾ ਯਾਰ, ਜਲਦੀ ਘਰ ਨੂੰ ਚੱਲੀਏ। ਬੰਦਾ ਮਾਰ ਲੱਗੇ ਥੋੜੇ ਮਿੰਟ ਨਹੀਂ ਲਾਉਂਦੇ। ਸਹੀ ਗੱਲ ਹੈ ਯਾਰ। ਮਰ ਗਈ, ਜਦੋਂ ਨਿਕਲ ਚੱਲੋ। ਮੇਰਾ ਕੱਖ ਨਹੀਂ ਰਿਹਾ ਲੋਕੋ,
ਮੇਰਾ ਕੱਖ ਨਹੀਂ ਰਿਹਾ, ਮੇਰੀ ਇੱਜ਼ਤ ਮਿੱਟੀ ਚ ਰੋਲ ਦਿੱਤੀ ਹੋਏ, ਮੇਰੀ ਪੱਗ ਲੀਰੋ ਲੀਰ ਕਰ ਦਿੱਤੀ ਸੁੱਕੇ ਦੇ ਬੰਦਿਆਂ ਨੇ। ਸੁੱਖਾ ਇਸ ਤਰ੍ਹਾਂ ਨਹੀਂ ਲੱਗਦਾ ਜਿੱਤਿਆ ਚਾਚਾ, ਨੀਤ ਬਦਲਦਾ ਕਿਤੇ ਟਾਈਮ ਲੱਗਦਾ, ਨਾਲੇ ਹੱਥ ਚ ਹਥਿਆਰ ਹੋਣ ਤੇ ਚਾਰ ਬੰਦੇ ਨਾਲ ਹੋਣ। ਸੁਣਿਆ ਕੰਮ ਸੁੱਖੇ ਦੇ ਸਾਥੀ ਜਵਾਲੇ ਦਾ। ਦੇਖ ਲਾ ਬਾਈ, ਮਾੜੇ ਕੰਮਾਂ ਦਾ ਮਾੜਾ ਨਤੀਜਾ ਹੁੰਦਾ, ਇੱਕ ਦਿਨ ਉਹਨਾਂ ਦਾ ਮਾਸ ਕੁੱਤਿਆਂ ਨੇ ਖਾਣਾ। ਪਿੰਡ ਵਾਲਿਓ, ਉਹਨਾਂ ਦੇ ਮਾਸ ਨੂੰ ਕੁੱਤਿਆਂ ਨੇ ਖਾਣਾ ਜਿਨ੍ਹਾਂ ਨੇ ਜ਼ੁਲਮ ਕੀਤਾ। ਪਰ ਤੁਸੀਂ ਕਿਵੇਂ ਮੰਨ ਲਿਆ ਕਿ ਇਹ ਕੰਮ ਸੁੱਖੇ ਦਾ ਹੋ ਸਕਦਾ ਹੈ? ਉਹ ਸੁੱਖਾ ਜਿਸਨੇ ਕਦੇ ਪਿੰਡ ਦੀ ਧੀ ਪੈਣ ਵਾਲਾ ਕੁੱਚੀ ਕਰਕੇ ਨਹੀਂ ਸੀ ਤੱਕਿਆ, ਉਹ ਪਿੰਡ ਦੀ ਧੀ ਦੀ ਇੱਜ਼ਤ ਕਿਵੇਂ ਲੀਰਾ ਲੀਰਾ ਕਰ ਸਕਦਾ ਹੈ? ਪਰ ਪਿੰਡ ਦੀ ਧੀ ਨਾਲ ਜ਼ੁਲਮ ਸ਼ਰੇਆਮ ਹੋਇਆ, ਇਸ ਦਾ ਫੈਸਲਾ ਵੀ ਸ਼ਰੇਆਮ ਹੋਏਗਾ। ਇਸ ਲਈ ਭਾਵੇਂ ਮੈਨੂੰ ਸੁੱਖੇ ਦਾ ਕਤਲ ਹੀ ਕਿਉਂ ਨਾ ਕਰਨਾ ਪਵੇ, ਇਸ ਪਿੰਡ ਦੀ ਧੀ, ਇਸ ਪਿੰਡ ਦੀ ਨੌਂ ਤੇ ਇਸ ਪਿੰਡ ਦੀ ਇੱਜ਼ਤ ਦਾ ਐਲਾਨ ਹੈ। ਭਾਬੀ ਤੂੰ ਹਾਲੇ ਤੱਕ ਸੁੱਤੀ ਨਹੀਂ? ਜਿੰਨਾ ਘਰਾਂ ਦੇ ਜਵਾਨ ਪੁੱਤਰ ਤੇਰੇ ਵਾਂਗ ਬਾਗੀ ਹੋ ਜਾਣ, ਉਹਨਾਂ ਘਰਾਂ ਚ ਨੀਂਦ ਨਹੀਂ ਆਉਂਦੀ ਸੁੱਖਿਆ। ਨਾਲੇ ਪਿੰਡ ਵਿੱਚ ਇੰਨਾ ਵੱਡਾ ਕਹਿਰ ਵਾਪਰ ਜਾਵੇ, ਪਿੰਡ ਦੀ ਜਵਾਨ ਧੀ ਆਪਣੀ ਇੱਜ਼ਤ ਗਵਾ ਕੇ ਮੌਤ ਦੇ ਮੂੰਹ ਵਿੱਚ ਜਾ ਪਵੇ, ਤਾਂ ਮੈਨੂੰ ਨੀਂਦ ਕਿਵੇਂ ਆ ਸਕਦੀ? ਭਾਬੀ ਇਹ ਭੈੜੀਆਂ ਖਬਰਾਂ ਸੁਣ ਕੇ ਤਾਂ ਮੈਂ ਪਿੰਡ ਆਇਆ, ਤਾਂ ਕਿ ਮੈਨੂੰ ਪਤਾ ਤਾਂ ਲੱਗੇ ਕਿ ਉਹ ਕਿਹੜੇ ਹੱਥ ਨੇ ਜਿਹੜੇ ਮੇਰੇ ਪਿੰਡ ਦੀ ਧੀ ਮੇਰੀ ਭੈਣ ਦੇ ਗੁਨਾਹਗਾਰ ਨੇ। ਪਿੰਡ ਵਾਲੇ ਤੇਰਾ ਤੇ ਤੇਰੇ ਸਾਥੀਆਂ ਦਾ ਨਾਂ ਲੈ ਰਹੇ ਨੇ। ਇਹ ਤੂੰ ਕੀ ਕਹਿ ਰਹੀ ਹੈ ਭਾਬੀ? ਤੈਨੂੰ ਮੇਰੇ ਤੇ ਵਿਸ਼ਵਾਸ ਨਹੀਂ? ਤੂੰ ਇਹ ਕੰਮ ਨਹੀਂ ਕਰ ਸਕਦਾ, ਇਹ ਤੇਰੀ ਭਾਬੀ ਦਾ ਵਿਸ਼ਵਾਸ ਸੀ, ਪਰ ਪਿੰਡ ਦੀ ਇਸ ਧੀ ਨੇ ਸ਼ਰੇਆਮ ਐਲਾਨ ਕੀਤਾ ਹੈ ਕਿ ਜਿਹਨੇ ਵੀ ਇਹ ਗੁਨਾਹ ਕੀਤਾ ਹੈ ਉਸਦੀ ਲਾਸ਼ ਕੁੱਤੇ ਅੱਗੇ ਸੁੱਟਣੀ ਹੈ। ਤੇਰਾ ਵਿਸ਼ਵਾਸ ਜਿੱਤ ਗਿਆ ਭਾਬੀ, ਕਿਉਂਕਿ ਇਹ ਗੁਨਾਹ ਮੈਂ ਨਹੀਂ ਕੀਤਾ ਤੇ ਤੇਰਾ ਐਲਾਨ ਪੂਰਾ ਕੀਤਾ ਜਾਏਗਾ। ਬਸ ਇੱਕ ਵਾਰ ਮੈਨੂੰ ਪਤਾ ਲੱਗ ਜਾਵੇ ਕਿ ਉਸ ਕੁੱਤੇ ਦਾ ਨਾਂ ਕੀ ਹੈ। ਤੇਰਾ ਸਾਥੀ ਜਵਾਲਾ। ਜਵਾਲਿਆ? ਜਵਾਲੇ ਦੀ ਤਾਂ ਤੂੰ ਜ਼ਿੰਦਗੀ ਸਵਾਰ ਦਿੱਤੀ ਵਿੱਕੀ। ਓਏ ਮੈਂ ਤਾਂ ਐਵੇਂ ਸੁੱਖੇ ਨਾਲ ਰੂਹੀਆਂ 'ਚ ਧੱਕੇ ਖਾਂਦਾ ਫਿਰਦਾ ਸੀ। ਹੁਣ ਅਸੀਂ ਜਾ ਰਹੇ ਹਾਂ ਕਿਉਂਕਿ ਅੱਜ ਦੀ ਰਾਤ ਇਸ ਪਿੰਡ ਦੀ ਇੱਕ ਹੋਰ ਸੋਹਣੀ ਮੁਟਿਆਰ ਤੇ ਸਾਡਾ ਕਹਿ ਟੁੱਟਣਾ ਹੈ ਤੇ ਨਾ ਲੱਗਣਾ ਹੈ ਪੈਰ ਸੁੱਖੇ ਦਾ। ਤਾਂ ਕੋਈ ਦਿੰਦਾ ਹੀ ਨਹੀਂ, ਲੋਕ ਡਰਦੇ ਮਾਰੇ ਭੱਜਦੇ। ਇਹਨਾਂ ਨੂੰ ਸੱਤ ਦੇ ਪੁੱਠੇ ਡੰਗੋ, ਮੈਂ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁੱਖਾ ਬੋਲ ਰਿਹਾ, ਤੁਹਾਡਾ ਆਪਣਾ ਸੁੱਖਾ, ਜਿਹਦੇ ਲਈ ਤੁਹਾਡੇ ਦਿਲਾਂ ਅੰਦਰ ਨਫ਼ਰਤ ਭਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਤੁਹਾਡੇ ਅੰਦਰ ਇੱਕ ਡਰ ਪੈਦਾ ਕੀਤਾ ਗਿਆ ਸੀ, ਪਰ ਅੱਜ ਤੁਸੀਂ ਉਹ ਸਾਰੇ ਡਰ ਲਾ ਕੇ ਪਿੰਡ ਦੀ ਸੱਤ ਵਿੱਚ ਜਾ ਕੇ ਦੇਖੋ ਕਿ ਅਸਲੀ ਸੱਚ ਕੀ ਹੈ। ਸਾਡੇ ਗੁਰੂਆਂ ਨੇ ਕਿਹਾ ਹੈ ਕਿ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ ਤੇ ਸੱਚ ਅੱਜ ਜਿੱਤ ਗਿਆ। ਤੁਹਾਡੇ ਗੁਨਾਹਗਾਰ ਮੇਰੇ ਪਿੰਡ ਦੀ ਇੱਜ਼ਤ ਲੁੱਟਣ ਵਾਲੇ ਸੱਤ ਵਿੱਚ ਪੁੱਠੇ ਟੰਗੇ ਹੋਏ ਹੋਏ। ਮਾਫ ਕਰ ਦੇ, ਅਸੀਂ ਕੁਛ ਨਹੀਂ ਕੀਤਾ, ਅੱਜ ਤਾਂ ਮੰਤਰੀ ਦੇ ਮੁੰਡੇ ਵਿੱਕੀ ਦੇ ਕਹਿਣ ਦੇ ਜੋ ਵੀ ਕੁਛ ਕੀਤਾ। ਮੈਂ ਇਸ ਪਿੰਡ ਦਾ ਗੁਨਾਹਗਾਰ ਆ ਸੁੱਕਿਆ, ਇਹ ਸਾਰਾ ਪਿੰਡ ਚਾਹੇ ਮੇਰੇ ਜੁੱਤੀਆਂ ਮਾਰ ਲਵੇ, ਚਾਹੇ ਸਾਡੇ ਗਲਾਂ ਵਿੱਚ ਫੜਾ ਪਾ ਕੇ ਕੁੱਤਿਆਂ ਵਾਂਗ ਕਮਾਓ। ਹਸ਼ਰ ਤਾਂ ਤੇਰਾ ਕੁੱਤਿਆਂ ਵਾਲਾ ਹੀ ਹੋਣਾ ਹੈ ਜਵਾਲਿਆ, ਪਰ ਤੇਰੀ ਜ਼ਿੰਦਗੀ ਤੇ ਮੌਤ ਹੁਣ ਪਿੰਡ ਵਾਲਿਆਂ ਦੇ ਹੱਥ ਹੈ। ਸੁੱਕਿਆ
ਇਹਨਾਂ ਨੂੰ ਜਾਨੋ ਮਾਰ ਦੇ। ਇਹੀ ਉਹ ਬੰਦੇ ਜਿਨ੍ਹਾਂ ਨੇ ਮੇਰੀ ਧੀ ਦੀ ਇੱਜ਼ਤ ਲੁੱਟੀ ਸੀ। ਮਾਫ ਕਰ ਦੇ ਸੁਖਿਆ, ਸਾਨੂੰ ਮਾਫ ਕਰ ਦੇ ਸੁਖਿਆ। ਮਿਨਿਸਟਰ ਸਾਹਿਬ, ਜਦ ਮੌਤ ਦਾ ਵਕਤ ਆਉਂਦਾ ਹੈ ਤਾਂ ਉਹਨੂੰ ਕੋਈ ਨਹੀਂ ਰੋਕ ਸਕਦਾ। ਇਸ ਲਈ ਜਿਸ ਦਿਨ ਮੈਂ ਤੇਰੀ ਮੌਤ ਦਾ ਐਲਾਨ ਕਰ ਦਿੱਤਾ, ਉਸ ਦਿਨ ਤੇਰੇ ਨਾਲ ਬੰਦੂਕਾਂ ਚੁੱਕੇ ਫਿਰਦਾ ਇਹ ਕਾਫਲਾ ਤੈਨੂੰ ਬਚਾ ਨਹੀਂ ਸਕੇਗਾ। ਪਰ ਹਾਲੇ ਮੈਂ ਤੇਰੀ ਮੌਤ ਦਾ ਦਿਨ ਪੱਕਾ ਨਹੀਂ ਕੀਤਾ। ਹੁਣ ਤਾਂ ਜੇ ਤੂੰ ਆਪਣੀ ਸਿਕਿਉਰਿਟੀ ਲਾ ਕੇ ਆਪਣੇ ਪੁੱਤਰ ਨੂੰ ਬਚਾ ਸਕਦਾ ਹੈ ਤਾਂ ਉਹਨੂੰ ਬਚਾ ਲੈ। ਇਹ ਸਿਰ ਧਮਕੀ ਨਹੀਂ, ਮੌਤ ਦਾ ਪੈਗਾਮ ਹੈ। ਕਿਉਂ ਡੀ ਏ ਜੀ ਸਾਹਿਬ, ਪੜ੍ਹ ਲਈ ਚਿੱਠੀ? ਮੈਨੂੰ ਇਹ ਨਹੀਂ ਸਮਝ ਆਉਂਦਾ ਤੁਹਾਡੀ ਪੁਲਿਸ ਕਰ ਕੀ ਰਹੀ ਹੈ। ਇਸ ਮੁਜਰਮ ਨੇ ਤਿੰਨ ਦਿਹਾੜੇ ਮੇਰੇ ਪੀਏ ਭੋਲਾ ਨਾਥ ਨੂੰ ਮਾਰ ਦਿੱਤਾ, ਫਿਰ ਸੱਤ ਵਿੱਚ ਤਿੰਨ ਬੰਦੇ ਮਾਰ ਦਿੱਤੇ ਤੇ ਹਾਲੇ ਤੱਕ ਪੁਲਿਸ ਇਸ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਅੱਜ ਮੈਨੂੰ ਮੰਤਰੀ ਬਲਵੰਤ ਸਿੰਘ ਨੂੰ ਚੱਲ ਕੇ ਖੁਦ ਤੁਹਾਡੇ ਦਰਵਾਜ਼ੇ ਤੇ ਆਉਣਾ ਪਿਆ ਤਾਂ ਕਿ ਸ਼ਾਇਦ ਤੁਹਾਡੀ ਨੀਂਦ ਟੁੱਟੇ। ਤੁਸੀਂ ਕੁਝ ਡਰ ਗਏ ਹੋ ਮੰਤਰੀ ਸਾਹਿਬ, ਮੌਤ ਦਾ ਡਰ ਤੁਹਾਡੇ ਦਿਲ ਵਿੱਚ ਬੈਠ ਗਿਆ। ਪਰ ਇੱਕ ਗੱਲ ਜ਼ਰੂਰ ਹੈ, ਜੇ ਸੁੱਖੇ ਨੇ ਹਥਿਆਰ ਚੁੱਕਿਆ ਹੈ ਨਾ ਤਾਂ ਉਸ ਵਿੱਚ ਸਾਡਾ ਵੀ ਕਸੂਰ ਹੈ ਤੇ ਸਾਡੇ ਸਮਾਜ ਦਾ ਵੀ। ਪਰ ਸਰ ਤੁਸੀਂ ਫਿਕਰ ਨਾ ਕਰੋ, ਮੈਂ ਜ਼ਰੂਰ ਇਸ ਦਾ ਕੋਈ ਨਾ ਕੋਈ ਬੰਦੋਬਸਤ ਕਰਾਂਗਾ। ਸਤਿ ਸ੍ਰੀ ਅਕਾਲ ਜੀ। ਇਨਸਾਫ ਮੰਗਣ ਲਈ ਤਾਂ ਮੈਂ ਤੁਹਾਡੇ ਦਰਵਾਜ਼ੇ ਤੱਕ ਗਈ ਸੀ ਡੀਆਈਜੀ ਸਾਹਿਬ, ਪਰ ਅੱਜ ਵਕਤ ਨੇ ਤੁਹਾਡੇ ਤੇ ਅਜਿਹੀ ਕਿਹੜੀ ਭੀੜ ਪਾਤੀ ਕਿ ਤੁਹਾਨੂੰ ਚੱਲ ਕੇ ਮੇਰੇ ਦਰਵਾਜ਼ੇ ਤੱਕ ਆਉਣਾ ਪਿਆ। ਦੇਖ ਬੀਬਾ, ਤੂੰ ਮੇਰੀਆਂ ਭੈਣਾਂ ਵਰਗੀ ਹੈ ਤੇ ਮੈਂ ਦਿਲੋਂ ਚਾਹੁੰਦਾ ਕਿ ਇਸ ਘਰ ਦੀਆਂ ਖੁਸ਼ੀਆਂ ਫੇਰ ਵਾਪਸ ਪਰਦਾ। ਵਾਹ, ਇੱਕ ਪੁਲਿਸ ਵਾਲੇ ਨੇ ਇਸ ਘਰ ਦੀਆਂ ਖੁਸ਼ੀਆਂ ਲੁੱਟ ਲਈਆਂ ਤੇ ਦੂਜਾ ਵਾਪਸ ਕਰਨ ਆਇਆ। ਨਾ ਬੀਬਾ, ਮੈਂ ਇੱਕ ਪੁਲਿਸ ਅਫਸਰ ਨਹੀਂ, ਇੱਕ ਆਮ ਆਦਮੀ ਤੇ ਤੇਰਾ ਹਮਦਰਦ ਬਣ ਗਿਆ। ਮੈਂ ਸੁਖੇ ਨੂੰ ਮਿਲ ਕੇ ਇਸ ਗੱਲ ਰਾਜ਼ੀ ਕਰਨਾ ਚਾਹੁੰਦਾ ਕਿ ਉਹ ਹਥਿਆਰ ਛੱਡ ਦੇਵੇ। ਤੇ ਇੱਕ ਪੁਲਿਸ ਅਫਸਰ ਹੋਣ ਦੇ ਨਾਤੇ ਮੈਂ ਤੈਨੂੰ ਇਸ ਗੱਲ ਦਾ ਪੂਰਾ ਭਰੋਸਾ ਦਵਾਉਂਦਾ ਕਿ ਕਾਨੂੰਨ ਉਸ ਦੇ ਨਾਲ ਪੂਰੀ ਹਮਦਰਦੀ ਕਰੇਗਾ। ਕਾਨੂੰਨ ਨੇ ਤਾਂ ਉਸ ਨਾਲ ਪਹਿਲਾਂ ਹੀ ਬੜੀ ਹਮਦਰਦੀ ਦਿਖਾਤੀ ਡੀਆਈਜੀ ਸਾਹਿਬ, ਉਸ ਦੇ ਪਿੰਡੇ ਤੇ ਇੰਨੇ ਜ਼ਖਮ ਦਿੱਤੇ ਨੇ ਕਿ ਉਹਨਾਂ ਨੂੰ ਭਰਨ ਲੱਗੇ ਪਤਾ ਨਹੀਂ ਕਿੰਨੇ ਕੁ ਸਾਲ ਲੱਗ ਜਾਣ। ਰਹੀ ਗੱਲ ਸੁੱਖੇ ਨੂੰ ਮਿਲਣ ਦੀ, ਤਾਂ ਤੁਸੀਂ ਇੱਕ ਵਾਰੀ ਆਵਾਜ਼ ਦੇ ਕੇ ਦੇਖੋ ਡੀਆਈਜੀ ਸਾਹਿਬ, ਸੁੱਖਾ ਮਿਲਣ ਦਾ ਰਾਹ ਆਪ ਦੱਸ ਦੇਵੇਗਾ। ਡੀਆਈਜੀ ਸਾਹਿਬ ਆਓ, ਅੱਜ ਅਜਿਹੀ ਕਿਹੜੀ ਅਨਹੋਣੀ ਵਾਪਰ ਗਈ ਕਿ ਕਾਨੂੰਨ ਨੂੰ ਖੁਦ ਚੱਲ ਕੇ ਮੁਜਰਿਮ ਕੋਲ ਆਉਣਾ ਪਿਆ? ਕਾਨੂੰਨ ਨੂੰ ਤਾਂ ਹਮੇਸ਼ਾ ਆਪ ਹੀ ਮੁਜਰਿਮ ਕੋਲ ਜਾਣਾ ਪੈਂਦਾ ਸੁਖਿਆ, ਭਾਵੇਂ ਉਹਨੂੰ ਗ੍ਰਿਫਤਾਰ ਕਰਨਾ ਹੋਵੇ ਜਾਂ ਉਹਨੂੰ ਗੋਲੀ ਮਾਰ ਕੇ ਖਤਮ ਕਰਨਾ ਹੋਵੇ। ਪਰ ਅੱਜ ਮੈਂ ਤੈਨੂੰ ਸਮਝਾਉਣ ਆਇਆ ਕਿ ਜਿਵੇਂ ਤੇਰਾ ਨਾਂ ਹੈ ਸੁਖ ਚੈਨ, ਉਸੇ ਤਰ੍ਹਾਂ ਤੂੰ ਆਪਣੀ ਜ਼ਿੰਦਗੀ ਸੁੱਖ ਤੇ ਚੈਨ ਨਾਲ ਬਸਰ ਕਰ। ਤਬਾਹੀ ਦਾ ਰਸਤਾ ਛੱਡ ਕੇ ਵਾਪਸ ਆ ਜਾ ਮੇਰੇ ਵੀਰ, ਤੇ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦੇ। ਕਾਨੂੰਨ? ਕਿਹੜੇ ਕਾਨੂੰਨ ਦੀ ਗੱਲ ਕਰਦੇ ਹੋ ਡੀਆਈਜੀ ਸਾਹਿਬ? ਕਾਨੂੰਨ? ਕਾਨੂੰਨ ਕਦੇ ਗਲਤ ਨਹੀਂ ਹੁੰਦਾ ਸੁਖਿਆ। ਹਾਂ, ਕਦੇ ਕਦੇ ਕਾਨੂੰਨ ਚਲਾਉਣ ਵਾਲੇ
ਉਹ ਜ਼ਰੂਰ ਬੇਈਮਾਨ ਹੋ ਜਾਂਦੇ ਨੇ। ਮੈਂ ਜਾਣਦਾ, ਬੜੀ ਚੰਗੀ ਤਰ੍ਹਾਂ ਜਾਣਦਾ ਕਿ ਤੇਰੇ ਜ਼ਖਮ ਇੰਨੇ ਗਹਿਰੇ ਹੋ ਚੁੱਕੇ ਨੇ ਕਿ ਉਹਨਾਂ ਨੂੰ ਭਰਨ ਲਈ ਬਹੁਤ ਵਕਤ ਚਾਹੀਦਾ ਹੈ। ਪਰ ਇਸ ਤੋਂ ਪਹਿਲਾਂ ਕਿ ਤੇਰੇ ਜ਼ਖਮ ਤੈਨੂੰ ਮੌਤ ਦੇ ਦਰਵਾਜ਼ੇ ਤੇ ਲੈ ਜਾਣ, ਤੈਨੂੰ ਇਹਨਾਂ ਦਾ ਇਲਾਜ ਕਰ ਲੈਣਾ ਚਾਹੀਦਾ। ਤੂੰ ਇੱਕ ਵਾਰੀ, ਸਿਰਫ ਇੱਕ ਵਾਰੀ ਮੈਨੂੰ ਮੌਕਾ ਤਾਂ ਦੇ ਕਿ ਮੈਂ ਤੇਰੇ ਜ਼ਖਮਾਂ ਤੇ ਮਲਮ ਲਾ ਸਕਾਂ। ਮੇਰੇ ਸਰੀਰ ਦੇ ਜ਼ਖਮ ਤਾਂ ਕਦੋਂ ਦੇ ਭਰ ਗਏ ਡੀ ਆਈ ਜੀ ਸਾਹਿਬ, ਪਰ ਮੇਰੇ ਦਿਲ ਦੇ ਜ਼ਖਮ ਤਾਂ ਹੀ ਠੀਕ ਹੋ ਸਕਦੇ ਹੈ ਜੇ ਤੁਸੀਂ ਮੇਰੇ ਭਰਾ ਦੇ ਕਾਤਲਾਂ ਨੂੰ ਸਜ਼ਾ ਦਿਓ। ਹੈ ਤੁਹਾਡੇ ਕਾਨੂੰਨ ਚ ਇੰਨੀ ਤਾਕਤ ਕਿ ਉਸ ਮੰਤਰੀ ਤੇ ਥਾਣੇਦਾਰ ਨੂੰ ਫਾਹੇ ਲਾ ਸਕੇ? ਦੇਸ਼ ਦੇ ਕਾਨੂੰਨ ਤੋਂ ਵੱਡੀ ਕੋਈ ਤਾਕਤ ਨਹੀਂ ਹੁੰਦੀ, ਪਰ ਉਸ ਤਾਕਤ ਨੂੰ ਇਸਤੇਮਾਲ ਕਰਨ ਲਈ ਸਾਨੂੰ ਸਬੂਤ ਚਾਹੀਦੇ ਹੁੰਦੇ ਨੇ। ਤੇ ਜਿਸ ਦਿਨ ਉਸ ਮੰਤਰੀ ਤੇ ਥਾਣੇਦਾਰ ਦੇ ਖਿਲਾਫ ਮੈਨੂੰ ਸਬੂਤ ਮਿਲ ਗਏ, ਉਸ ਦਿਨ ਡੀ ਆਈ ਜੀ ਵਿਜੇ ਟੰਡਨ ਉਹਨਾਂ ਨੂੰ ਵੀ ਨਹੀਂ ਬਖਸ਼ੇਗਾ। ਤਾਂ ਫਿਰ ਪਾਲਦਾ ਹੈ ਤੁਹਾਡਾ ਕਾਨੂੰਨ ਸਬੂਤ? ਮੇਰਾ ਕਾਨੂੰਨ ਉਹਨਾਂ ਮੁਜਰਮਾਂ ਨੂੰ ਉਸ ਤੋਂ ਪਹਿਲਾਂ ਹੀ ਸਜ਼ਾ ਦੇ ਦੇਵੇਗਾ। ਸੁਖਿਆ, ਮੈਂ ਤੇਰੇ ਕੋਲੋਂ ਕੁਝ ਮੰਗਣ ਆਈ ਹਾਂ। ਸੁਖਿਆ, ਤੂੰ ਤਾਂ ਬੇਸ਼ੱਕ ਮੇਰੀ ਜਾਨ ਵੀ ਲੈ ਲੈ ਲਾਲੀ। ਤੇਰੀ ਜਾਨ ਤਾਂ ਮੇਰੀ ਹੈ ਸੁਖਿਆ, ਪਰ ਮੇਰੀ ਇੱਕ ਗੱਲ ਮੰਨ ਲੈ, ਮੈਨੂੰ ਆਪਣੀ ਇੱਕ ਤਸਵੀਰ ਦੇ ਦੇ, ਫਿਰ ਮੈਂ ਕਦੇ ਵੀ ਤੇਰੇ ਰਾਹ ਦਾ ਰੋੜਾ ਨਹੀਂ ਬਣਾਂਗੀ। ਮੈਂ ਸਿਰਫ ਇੰਨਾ ਹੀ ਚਾਹੁੰਦੀ ਹਾਂ ਕਿ ਤੇਰੀ ਤਸਵੀਰ ਨਾਲ ਮੰਗਣੀ ਕਰਕੇ ਮੈਂ ਲੋਕਾਂ ਦੀ ਨਜ਼ਰਾਂ ਵਿੱਚ ਵੀ ਤੇਰੀ ਹੋ ਜਾਵਾਂ। ਲਾਲੀ ਸੁਖਿਆ, ਲਾਲੀ ਸ਼ਗਨਾਂ ਦੀ ਪਹਿਲੀ ਪਹਿਲੀ ਵਾਰ ਮਲੋਣੀ ਮਹਿੰਦੀ ਏ।
ਪੁਲਿਸ ਦਾ ਨਾਕਾ ਨਹੀਂ ਤੇਰੀ ਮੌਤ ਦਾ ਨਾਕਾ। ਆਸਾਨ ਨਹੀਂ ਹੋ ਸਕਦੀ। ਤੈਨੂੰ ਤਾਂ ਮੈਂ ਆਪਣੀ ਦਹਿਸ਼ਤ ਦਾ ਇਸ਼ਤਿਹਾਰ ਬਣਾ ਕੇ ਤੇਰੇ ਪਿਓ ਦੇ ਸਾਹਮਣੇ ਟੰਗਣਾ ਹੈ। ਦੇਖ ਬਲਵੰਤਿਆ, ਅੱਜ ਵਕਤ ਨੇ ਤੈਨੂੰ ਕਿਸ ਮੋੜ ਤੇ ਲਿਆ ਖੜਾ ਕੀਤਾ ਹੈ। ਤੇਰੀ ਪੂਰੀ ਤਾਕਤ, ਪੂਰੀ ਸਿਕਿਉਰਿਟੀ ਵੀ ਤੇਰੇ ਪੁੱਤ ਨੂੰ ਮੇਰੇ ਹੱਥੋਂ ਨਹੀਂ ਬਚਾ ਸਕਦੀ। ਕਿ ਨਹੀਂ ਮੇਰੇ ਪੁੱਤ ਨੂੰ ਨਾ ਮਾਰ, ਮੈਂ ਅੱਜ ਵੀ ਤੈਨੂੰ ਕੁਝ ਨਹੀਂ ਹੋਣ ਦਿਆਂਗਾ। ਹਥਿਆਰ ਸੁੱਟ ਕੇ ਵਾਪਸ ਆ ਜਾ, ਮੈਂ ਤੇਰੇ ਤੋਂ ਕੋਈ ਕੇਸ ਨਹੀਂ ਬਣ ਦੇਵਾਂਗਾ। ਇੱਕ ਵਾਰ ਮੈਨੂੰ ਮਾਫ ਕਰ ਦੇ, ਪਿਛਲੇ ਸਾਰੀਆਂ ਗੱਲਾਂ ਭੁੱਲ ਜਾ। ਕੀ ਭੁੱਲ ਜਾਵਾਂ ਬਲਵੰਤਿਆ, ਆਪਣੀ ਗੁੱਡੀ ਦੀਆਂ ਅੱਖਾਂ ਭੁੱਲ ਜਾਵਾਂ?
ਜਿਹੜੀ ਅੱਜ ਵੀ ਆਪਣੇ ਪਿਓ ਨੂੰ ਉਡੀਕਦੀਆਂ। ਆਪਣੀ ਭਾਬੀ ਦੇ ਅਕੀਰ ਨੇ ਭੁੱਲ ਜਾਵਾਂ ਜਾਂ ਫਿਰ ਆਪਣੇ ਪਿਓ ਦੇ ਝੁਕੇ ਹੋਏ ਮੋਢੇ ਭੁੱਲ ਜਾਵਾਂ, ਜਿਨ੍ਹਾਂ ਨੂੰ ਇਹ ਸਮਰੇ ਆਪਣੇ ਪੁੱਤ ਦੀ ਅਰਥ ਚੁੱਕਣੀ ਪਈ। ਨਹੀਂ ਬਲਵੰਤਿਆ, ਨਹੀਂ ਨਹੀਂ ਸੁੱਖੇ, ਨਹੀਂ। ਜੇ ਮਾਰ ਰਹੀ ਤਾਂ ਮੈਨੂੰ ਮਾਰ, ਮੇਰੇ ਗੁਨਾਹ ਦੀ ਸਜ਼ਾ ਮੇਰੇ ਪੁੱਤਰ ਨੂੰ ਕਿਉਂ ਦੇ ਰਿਹਾ? ਇਹਨੂੰ ਛੱਡ ਦੇ ਸੁੱਖਿਆ, ਇਹਨੂੰ ਛੱਡ ਦੇ। ਵਿੱਕੀ, ਮੇਰੇ ਪੁੱਤਰਾ, ਡੈਡ ਹੁਣ ਤੂੰ ਆਪਣੀ ਮੌਤ ਬਾਰੇ ਸੋਚ, ਕਿਉਂਕਿ ਹੁਣ ਬਾਰੀ ਤੇਰੀ ਹੈ। ਨਹੀਂ, ਚਲੋ ਸੁਖਿਆ। ਮੇਰੇ ਪੁੱਤਰ ਵਿੱਕੀ ਨੂੰ ਮਾਰ ਕੇ ਤੂੰ ਚੰਗਾ ਨਹੀਂ ਕੀਤਾ ਸੁਖਿਆ। ਜੇ ਮੈਂ ਤੇਰੇ ਘਰ ਦੇ ਵਿਹੜੇ ਵਿੱਚ ਮੌਤ ਦਾ ਨੰਗਾ ਨਾਚ ਨਾ ਨਚਾਇਆ ਤਾਂ ਮੇਰਾ ਨਾਂ ਵੀ ਬਲਵੰਤ ਸਿੰਘ ਨਹੀਂ, ਬਲਵੰਤ ਸਿੰਘ। ਜੇ ਵੀ ਤਾਂ ਕੁਛ ਹੈ ਨੀ, ਤੁਸੀਂ ਛੱਡਦੇ ਨੀ ਕੋਈ। ਕੀ ਕੰਮ ਕਰਦਾ ਤੂੰ? ਪਹਿਲਾਂ ਤਾਂ ਮੈਂ ਕੁਲਫੀਆਂ ਵੇਚਦਾ ਸੀ, ਅੱਜ ਕੱਲ ਲੋਕਾਂ ਨੂੰ ਦੁਪਹਿਰ ਦੀ ਰੋਟੀ ਖਵਾਈ ਦੇ ਜੀ। ਦੁਪਹਿਰ ਦੀ ਰੋਟੀ? ਹਾਂਜੀ ਹਾਂਜੀ। ਕਿਹਨੂੰ ਖਵਾਉਣਾ ਦੁਪਹਿਰ ਦੀ ਰੋਟੀ? ਦੋਨ ਤਾਂ ਖਵਾਤੀ ਜੀ, ਹੁਣ ਤੁਹਾਡੀ ਵਾਰੀ ਹੈ। ਇੱਕ ਨਾ ਇੱਕ ਦਿਨ ਤਾਂ ਖਾਣੀ ਪਊਗੀ। ਰੁਕੋ 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 ਰੁਕੋ, ਦੇ ਕਿਵੇਂ ਸਿਰ ਤੇ ਚੜ੍ਹ ਜਾਂਦਾ। ਕੌਣ ਹੈ ਤੂੰ? ਖੋਲ ਜਰਾ। ਜਾਵੇ ਨਾ ਅੱਜ ਬਚ ਕੇ। ਸੁੱਖਾ ਹੋਏ ਬਲਵਿੰਦਰ ਸਿੰਘ, ਆ ਰੱਖ।
ਹਥਿਆਰ ਥੱਲੇ ਥੱਲੇ ਚਲੋ ਉਧਰ ਹਥਿਆਰ ਥੱਲੇ ਚਲੋ ਅੰਦਰ ਚਲੋ ਅੰਦਰ ਚਲੋ ਚਲਾਵਾ ਸਾਲਾ ਸੁੱਖਿਆ ਚੱਲਣ ਚਲੋ ਚਲੋ ਨਿਕਲ ਅਸੀਂ ਇਹਨੂੰ ਰੋਕਦੇ ਇੱਥੇ ਹੀ ਨਹੀਂ ਬੰਦੇ ਮੈਂ ਤੁਹਾਨੂੰ ਮੌਤ ਦੇ ਮੂੰਹ ਤੋਂ ਛੱਡ ਕੇ ਨਹੀਂ ਜਾ ਸਕਦਾ ਮੇਰੇ ਵੀਰ ਸੁਖਿਆ ਤੂੰ ਨਿਕਲ ਜਾ ਇੱਥੋਂ ਤੈਨੂੰ ਸਾਡੀ ਸੌਂ ਜਾ ਮੇਰੇ ਵੀਰ ਜਾ ਮੇਰੇ ਵੀਰ ਤੋਂ ਜਾ ਮੇਰੇ ਵੀਰ ਕਿਉਂ ਹੈ ਸੁਖਿਆ ਵੀਰਾ ਕੀ ਹੋਇਆ ਤੈਨੂੰ ਮੇਰੇ ਵੀਰ ਨੂੰ ਕਦੋਂ ਹੋਸ਼ ਆਏਗੀ ਰਾਮ ਮੈਂ ਕੋਸ਼ਿਸ਼ ਕਰ ਰਿਹਾ ਜਾਨਕੀ ਮੈਂ ਗੋਲੀ ਕੱਢ ਦਿੱਤੀ ਹੈ ਪਰ ਕੀ ਰਾਮ ਤੇਰੇ ਡਾਕਟਰ ਹੋਣ ਦਾ ਕੀ ਫਾਇਦਾ ਤੂੰ ਹਮੇਸ਼ਾ ਲੋਕਾਂ ਨੂੰ ਮੌਤ ਦੇ ਮੂੰਹ ਚੋਂ ਕੱਢਦਾ ਪਰ ਅੱਜ ਜਦ ਮੇਰਾ ਵੀਰ ਮੌਤ ਦੇ ਮੂੰਹ ਚ ਹੈ ਤੇਰੀ ਡਾਕਟਰੀ ਕੁਝ ਨਹੀਂ ਕਰ ਸਕਦੀ ਮੈਂ ਤੇਥੋਂ ਕੁਝ ਨਹੀਂ ਮੰਗਿਆ ਰਾਮ ਮੇਰੇ ਵੀਰ ਨੂੰ ਬਚਾ ਲੈ ਰਾਮ ਮੇਰੇ ਵੀਰ ਨੂੰ ਬਚਾ ਲੈ ਰਾਮ ਹੌਸਲਾ ਰੱਖ ਜਾਨਕੀ ਹੌਸਲਾ ਇਸ ਤਰ੍ਹਾਂ ਘਬਰਾਇਆ ਕੁਝ ਨਹੀਂ ਹੋਣਾ ਕਹਿੰਦੇ ਨੇ ਜਦੋਂ ਕੋਈ ਦਵਾਈ ਕੰਮ ਨਾ ਕਰੇ ਤਾਂ ਦੁਆ ਕੰਮ ਕਰਦੀ ਹੈ ਬਸ ਉਹ ਸ਼ੇਰਾਂ ਵਾਲੀ ਤੇ ਭਰੋਸਾ ਰੱਖ
ਅੱਜ ਮੈਂ ਮੰਗਤਾ ਬਾਣ ਤੁਹਾਡੇ ਸਾਹਮਣੇ ਫੇਰ ਆਇਆ ਹਾਂ। ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਇਸ ਵਾਰ ਵੀ ਤੁਸੀਂ ਮੈਨੂੰ ਹੀ ਸਫਲ ਬਣਾਓ। ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਪਿਛਲੇ 5 ਸਾਲਾਂ ਵਿੱਚ ਤੁਹਾਡੀ ਸੇਵਾ ਕਰਦਿਆਂ ਮੈਂ ਆਪਣੇ ਸੈਕਟਰੀ ਭੋਲਾਨਾਥ ਤੇ ਆਪਣੇ ਪੁੱਤਰ ਵਿੱਕੀ ਦੀ ਜਾਨ ਦੀ ਕੁਰਬਾਨੀ ਦੇ ਦਿੱਤੀ। ਉਹਨਾਂ ਦੀ ਜਾਨ ਕਿਉਂ ਗਈ? ਆਖਿਰ ਕੀ ਕਸੂਰ ਕੀਤਾ ਸੀ ਉਹਨਾਂ ਨੇ? ਸਿਰਫ ਇਹੀ ਕਿ ਭੋਲੇਨਾਥ ਮੇਰਾ ਸਾਲਾ ਸੀ ਤੇ ਵਿੱਕੀ ਮੇਰਾ ਪੁੱਤਰ। ਭਾਈ ਸਾਹਿਬ ਟਾਈਮ ਕੀ ਹੋ ਗਿਆ? 1 ਵੱਜ ਗਿਆ। 1 ਵੱਜ ਗਿਆ? ਫਿਰ ਤਾਂ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਗਿਆ। ਕਾਹਦਾ ਟਾਈਮ ਹੋ ਗਿਆ? ਤੁਸੀਂ ਇੱਥੇ ਭਾਸ਼ਣ ਸੁਣੋਗੇ? ਆਹੋ ਬਸ ਥੋੜੇ ਜਿਹੇ ਪਤਾ ਲੱਗ ਜੂ ਕਿਹਦਾ ਟਾਈਮ ਹੋ ਗਿਆ। ਬਸ ਚੜ ਜਾਓ 25 ਦਿਨ ਬਸ ਚੜ। ਮੈਂ ਤੁਹਾਡੇ ਤੋਂ ਉਹਨਾਂ ਦੀ ਕੁਰਬਾਨੀ ਦਾ ਮੁੱਲ ਹੀ ਮੰਗਦਾ। ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਇਸ ਵਾਰ ਵੀ ਮੈਨੂੰ ਵੋਟਾਂ ਪਾ ਕੇ ਕਾਮਯਾਬ ਬਣਾਇਆ ਤਾਂ ਮੈਂ ਆਉਣ ਵਾਲੇ 5 ਸਾਲਾਂ ਵਿੱਚ ਤੁਹਾਡੀ ਸੇਵਾ ਵਿੱਚ ਕੋਈ ਕਸਰ ਨਹੀਂ ਛੱਡਾਂਗਾ। ਇਸ ਵਾਸਤੇ ਚਾਹੇ ਮੈਨੂੰ ਆਪਣੀ ਜਾਨ ਦੀ ਕੁਰਬਾਨੀ ਕਿਉਂ ਨਾ ਦੇਣੀ ਪਵੇ, ਮੈਂ ਪਿੱਛੇ। ਤੈਨੂੰ ਕਿਹਾ ਸੀ
ਤੂੰ ਜਿਹੜੇ ਵੀ ਰਸਤੇ ਚੱਲੇਗਾ ਇੱਕ ਦਿਨ ਤੇਰਾ ਟਾਕਰਾ ਮੇਰੇ ਨਾਲ ਹੋਵੇਗਾ। ਪਰ ਤੂੰ ਆਪਣਾ ਤਬਾਹੀ ਵਾਲਾ ਰਸਤਾ ਨਹੀਂ ਛੱਡਿਆ ਤੇ ਅੱਜ ਵੇਖ ਹਾਲਾਤ ਨੇ ਤੈਨੂੰ ਮੇਰਾ ਨਿਸ਼ਾਨਾ ਬਣਾ ਦਿੱਤਾ। ਇਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ DIG ਸਾਹਿਬ ਕਿ ਇੱਕ ਦਿਨ ਮੈਂ ਗੋਲੀ ਦਾ ਨਿਸ਼ਾਨਾ ਬਣਨਾ ਹੈ ਤੇ ਅੱਜ ਮੈਂ ਆਪਣੀ ਤਬਾਹੀ ਦੇ ਜ਼ਿੰਮੇਦਾਰ ਕੁੱਤੇ ਨੂੰ ਜਾਨ ਤੋਂ ਮਾਰ ਦਿੱਤਾ। ਹੁਣ ਤੁਸੀਂ ਚਾਹੇ ਤਾਂ ਮੈਨੂੰ ਗੋਲੀ ਮਾਰ ਦਿਓ ਚਾਹੇ ਫਾਂਸੀ ਦੇ ਤਖ਼ਤ ਤੱਕ ਪਹੁੰਚਾ ਦਿਓ। ਮੈਂ ਤੈਨੂੰ ਗੋਲੀ ਨਹੀਂ ਮਾਰਾਂਗਾ ਕਿਉਂਕਿ ਹਥਿਆਰ ਭਾਵੇਂ ਕਾਨੂੰਨ ਦਾ ਦਿੱਤਾ ਹੋਇਆ ਹੋਵੇ ਭਾਵੇਂ ਹਾਲਾਤ ਦਾ ਹਥਿਆਰ ਤਬਾਹੀ ਲਿਆਉਣ ਦਾ ਕਾਰਨ ਤਾਂ ਬਣ ਸਕਦੇ ਨੇ ਪਰ ਤਬਾਹੀ ਮਿਟਾਉਣ ਦਾ ਕਾਰਨ ਨਹੀਂ ਬਣ ਸਕਦੇ। ਅਰੈਸਟ ਹਿਮ।